ਭਗਵੰਤ ਮਾਨ ਸਾਹਿਬ ਮੇਰੀਆਂ ਗੱਲਾਂ ਤੁਹਾਨੂੰ ਚੁਭਣਗੀਆਂ ਤਾਂ ਬਹੁਤ, ਤੇ ਜਿਹੜੇ ਤੁਹਾਡੇ ਸਪੋਟਰ ਨੇ ਸੁਹਿਰਦ ਸਪੋਟਰ ਉਹਨਾਂ ਨੂੰ ਤਾਂ ਨਹੀਂ ਚੁਭਣਗੀਆਂ, ਜਿਹੜੀਆਂ ਭੇਟਾਂ ਨੇ ਉਹਨਾਂ ਨੂੰ ਵੀ ਬਹੁਤ ਚੁਭਣਗੀਆਂ ਤੇ ਤੁਹਾਨੂੰ ਤਾਂ ਚੁਭਣਗੀਆਂ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਸਾਡੀ ਤੁਸੀਂ ਤਾਂ ਕੁਛ ਕਰ ਨਹੀਂ ਸਕਦੇ ਤੇ ਪਰ ਸਾਡੇ ਤੇ ਡਾਕਾ ਨਾ ਮਾਰੋ। ਤੇ ਮੈਂ ਇਹ ਗੱਲ ਕਰ ਰਿਹਾ ਸੀਗਾ ਪਰਸੋਂ ਵੀ ਤੁਸੀਂ ਤਾਂ ਕੁਛ ਤੁਹਾਡੇ ਤੋਂ ਤਾਂ ਕੁਛ ਹੋਣਾ ਨੀ ਕਿਉਂਕਿ ਅਸੀਂ ਗੁਲਾਮ ਆ, ਤੁਸੀਂ ਵੀ ਗੁਲਾਮ ਹੋ ਸਾਡੇ ਨਾਲ, ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ, ਹੈ ਤੁਸੀਂ ਗੁਲਾਮ ਹੋ ਤੇ ਪਰ ਸਾਡੀ ਰੋਜੀ ਤੇ ਲੱਤ ਨਾ ਮਾਰੋ, ਕਿਰਪਾ ਕਰਕੇ ਬੇਨਤੀ ਆ। ਕਿਉਂਕਿ ਸਾਨੂੰ ਜਿਹੜੇ ਤੁਸੀਂ ਇੰਡੀਆ ਦੇ ਮੰਤਰੀ ਹੋ ਜਾਂ ਮੁੱਖ ਮੰਤਰੀ ਹੋ ਜਾਂ ਮੁੱਖ ਪ੍ਰਧਾਨ ਮੰਤਰੀ ਹੋ ਜਾਂ ਕੋਈ ਫਾਈਨੈਂਸ ਮਿਨਿਸਟਰ ਹੋ ਜਾਂ ਕੋਈ ਫੋਰਨਰ ਮਿਨਿਸਟਰ ਹੋ, ਉਹਨਾਂ ਨੇ ਸਾਡੇ ਇੱਥੇ ਆ ਕੇ ਸਾਡੀ ਰੋਜੀ ਚ ਲੱਤ ਹੀ ਮਾਰੀ ਆ ਅੱਜ ਤੱਕ ਇੰਡੀਆ ਵਾਲਿਆਂ ਨੇ, ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਇੰਡੀਆ ਦੇ ਹੋਣ। ਸਾਡੀ ਰੋਜੀ ਚ ਤੁਸੀਂ ਬਾਹਰਲਿਆਂ ਦੀ ਰੋਜੀ ਚ NRI ਦੀ ਰੋਜੀ ਚ ਲੱਤ ਹੀ ਮਾਰੀ ਆ, ਹੈਲਪ ਸਾਡੀ ਤੁਸੀਂ ਕੋਈ ਨੀ ਕੀਤੀ ਇੰਡੀਆ ਵਾਲਿਆਂ ਨੇ। ਇੱਥੇ ਰੁਲਦੇ ਨੇ ਬੰਦੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣਦੇ, ਅੰਬੈਸੀਆਂ ਦੇ ਮੂਹਰੇ ਚ ਨੱਕ ਰਗੜਦੇ ਨੇ, ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੀਆਂ ਤੁਹਾਡੀਆਂ ਇੰਡੀਆ ਦੀਆਂ ਅੰਬੈਸੀਆਂ। ਉਹਨਾਂ ਦੇ ਸਾਲ ਕੰਪਲੀਟ ਹੋਏ ਪਏ ਨੇ ਉਹਨਾਂ ਦੇ ਇੱਥੇ ਰਹਿਣ ਦਾ, ਜਿਹੜਾ ਇੱਥੇ 3 ਸਾਲ ਦਾ ਰਹਿਣ ਦਾ ਇਹਨਾਂ ਨੇ ਰੱਖਿਆ ਹੋਇਆ ਕਿ 3 ਸਾਲ ਜਿਹੜਾ ਬੰਦਾ ਇੱਥੇ ਰਹਿ ਰਿਹਾ 3 ਸਾਲ ਤੋਂ ਸਾਨੂੰ ਸਬੂਤ ਦੇ ਵੇ, ਅਸੀਂ ਉਹਨੂੰ ਪੇਪਰ ਦਿੰਦੇ ਹਾਂ, ਉਹਨੂੰ ਪੇਪਰ ਮਿਲਣ ਦੀ ਤਿਆਰੀ ਆ, ਪੱਕਾ ਹੋਣ ਦੀ ਤਿਆਰੀ ਆ, ਵਿਆਹੁਣ ਵਾਲੇ ਮੁੰਡੇ ਨੇ, ਵਿਆਹ ਦੇ ਕਾਬਲ ਨੇ, ਉਹਨਾਂ ਦੀਆਂ ਵਿਆਹਾਂ ਦੀਆਂ ਉਮਰਾਂ ਲੰਘ ਰਹੀਆਂ ਨੇ, ਲੇਕਿਨ ਸਾਡੀਆਂ ਅੰਬੈਸੀਆਂ ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੀਆਂ ਨੇ। ਆਹ ਤੁਹਾਡੀਆਂ ਕਰਤੂਤਾਂ ਨੇ ਇੰਡੀਆ ਵਾਲਿਆਂ ਦੀਆਂ, ਜਾਂ ਚਾਹੇ ਤੁਸੀਂ ਕੋਈ ਪ੍ਰਧਾਨ ਮੰਤਰੀ ਹੋਵੇ, ਚਾਹੇ ਕੋਈ ਤੁਹਾਡਾ ਮੁੱਖ ਮੰਤਰੀ ਹੋਵੇ, ਚਾਹੇ ਤੁਹਾਡਾ ਕੋਈ ਵੀ ਹੋਵੇ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਤੁਸੀਂ ਸਾਡੀ ਰੋਜੀ ਚ ਲੱਤ ਕਿਵੇਂ ਮਾਰੀ ਆ। ਤੁਸੀਂ ਜਿਹੜੇ ਇੰਡੀਆ ਦੇ ਹੋਵੋ, ਚਾਹੇ ਤੁਸੀਂ ਪੰਜਾਬ ਦੇ ਹੋਵੋ, ਚਾਹੇ ਇੰਡੀਆ ਦੇ ਪ੍ਰਧਾਨ ਮੰਤਰੀ ਕੋਈ ਸੈਂਟਰ ਗੌਰਮੈਂਟ ਦਾ ਹੋਵੇ, ਚਾਹੇ ਕੋਈ ਫੋਰਨ ਮਿਨਿਸਟਰ ਹੋ, ਸਾਡੇ ਰੋਜੀ ਚ ਲੱਤ ਹੀ ਮਾਰਦਾ ਰਿਹਾ ਅੱਜ ਤੱਕ। ਸਾਨੂੰ ਦਿੱਤਾ ਤੁਸੀਂ ਕੁਛ ਨੀ, ਸਾਡੀਆਂ ਜ਼ਮੀਨ ਜਾਇਦਾਦਾਂ ਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇ ਪੰਜਾਬ ਦੇ ਵਿੱਚ, ਉਹਦੇ ਬਾਰੇ ਤੁਸੀਂ ਕੋਈ ਕਾਨੂੰਨ ਕੁਛ ਨਹੀਂ ਹੈ, ਬਰਬਾਦ ਹੋ ਜਾ ਰਹੇ ਹਾਂ ਅਸੀਂ। ਮੈਂ ਤੁਹਾਨੂੰ ਦੱਸਦਾ 1993-94 ਦੇ ਵਿੱਚ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਸੀਗੇ ਮੇਰੇ ਖਿਆਲ ਚ, ਤੇ ਮੈਂ ਸਾਊਦੀ ਅਰਬ ਸੀ ਉਸ ਟਾਈਮ। ਸਾਊਦੀ ਅਰਬ ਦੀ ਜਿਹੜੀ ਹਾਲਤ ਥੋੜੀ ਜਿਹੀ ਖਸਤਾ ਹੋ ਗਈ ਤੇ ਉਹ ਮੰਨੇ ਹੋਏ ਸੀਗੇ, ਜਾਣੀ ਇਹ ਆਰਥਿਕ ਪੱਖੋਂ ਜਿਹੜੇ ਮਤਲਬ ਡਿਸੀਜਨ ਲੈਂਦੇ ਸੀ ਉਹਨਾਂ ਦੀ ਚੰਗੀ ਪਹੁੰਚ ਸੀਗੀ, ਨੌਲੇਜ ਸੀ ਉਹਨਾਂ ਨੂੰ ਮਨਮੋਹਨ ਸਿੰਘ ਨੂੰ। ਉਹਨਾਂ ਨੇ ਮਨਮੋਹਨ ਸਿੰਘ ਨੂੰ ਸੱਦਿਆ ਸਾਊਦੀ ਅਰਬ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਸਾਡੀ ਰੋਜੀ ਦੇ ਵਿੱਚ ਲੱਤ ਕਿਵੇਂ ਮਾਰਦੇ ਹੋ ਆ ਕੇ, ਇਸ ਕਰਕੇ ਕਿਰਪਾ ਕਰਕੇ ਤੁਸੀਂ ਸਾਡੇ ਤੋਂ ਦੂਰ ਹੀ ਰਹੋ, ਬੜੀ ਮਿਹਰਬਾਨੀ ਤੁਹਾਡੀ। ਤੇ ਉਹਨੂੰ ਸੱਦ ਲਿਆ ਜੀ ਉੱਥੇ। ਹੁਣ ਉੱਥੇ ਸਾਊਦੀ ਅਰਬ ਹੋ ਗਿਆ, ਕਤਰ, ਦੁਬਈ, ਬਹਿਰੀਨ, ਉੱਥੇ 90% ਆਪਣੇ ਪੰਜਾਬੀ ਉਹ ਨੇ ਜਿਹੜੇ ਆਪਣੀ ਰੋਟੀ ਪਾਣੀ ਆਪ ਬਣਾਉਂਦੇ ਨੇ, ਕਿਉਂਕਿ ਮਿਸਾਂ ਦੇ ਵਿੱਚ ਕੁਛ 10% ਲੋਕ ਨੇ ਜਿਹੜੀਆਂ ਚੰਗੀਆਂ ਕੰਪਨੀਆਂ ਚ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਮਿਸ ਹੈਗੀ ਆ, ਉਹ ਮਿਸ ਖਾਣਾ ਖਾ ਲੈਂਦੇ ਨੇ। ਤੇ ਮਿਸ ਸੀ ਉਹ, ਜੇ ਉਹਨਾਂ ਨੇ ਤੜਕਾ ਤੁੜਕਾ ਲਾਉਣਾ ਮਿਸ ਚ ਹੀ ਲਾ ਲੈਂਦੇ, ਉਹ ਸਾਰਾ ਕੁਛ ਫ੍ਰੀ ਹੁੰਦਾ ਉੱਥੇ। ਲੇਕਿਨ 90% ਲੋਕ ਉਹ ਨੇ ਜਿਹੜੀਆਂ ਅਰਬ ਦੇ ਵਿੱਚ, ਜਿਹੜੇ ਆਪਣੀ ਰੋਟੀ ਆਪ ਬਣਾਉਂਦੇ ਨੇ, ਉਹਨਾਂ ਨੇ ਗੈਸ ਸਿਲੰਡਰ ਵੀ ਆਪ ਲੈਣਾ, ਉਹਨਾਂ ਨੇ ਸਾਰਾ ਸਮਾਨ ਵੀ ਆਪ ਲੈਣਾ ਹੁੰਦਾ। ਤੇ 93-94 ਦੇ ਵਿੱਚ ਮਨਮੋਹਨ ਸਿੰਘ ਨੂੰ ਉਹਨਾਂ ਨੇ ਸੱਦਿਆ
ਉਹਨਾਂ ਦੇ ਡੀਜੀਪੀ ਜੀਡੀਪੀ ਥੱਲੇ ਚਲੀ ਗਈ ਸੀ ਬਿਲਕੁਲ ਨਾ। ਉਹਨਾਂ ਨੇ ਸੱਦਿਆ ਤੇ ਉਹ ਸੱਤ ਰਿਆਲ ਚੱਲਦੇ ਸੀ ਉਦੋਂ, ਸੱਤ ਰਿਆਲ ਦਾ ਸਾਨੂੰ ਗੈਸ ਸਿਲੰਡਰ ਮਿਲਦਾ ਸੀ, 15 ਦਾ ਕਰ ਗਿਆ ਆ ਕੇ ਉਹ ਮਨਮੋਹਨ ਸਿੰਘ, ਹੋਰ ਬਹੁਤ ਕੁਛ ਵਧਾ ਕਢਾ ਗਿਆ। ਤੇ ਅਸੀਂ ਉਸ ਟਾਈਮ ਜਾਣੀ 93-94 ਚ ਜੇ ਅਸੀਂ 10,000 ਇੰਡੀਆ ਭੇਜਦੇ ਸੀ ਨਾ ਮਹੀਨੇ ਦਾ, ਤਾਂ ਸਾਡਾ 7 ਹੀ ਰਹਿ ਗਿਆ ਉਹਦੇ ਚੋਂ, 3 ਸਾਡਾ ਹੋਰ ਖਰਚਾ ਹੋਣ ਲੱਗ ਗਿਆ ਸਾਡੇ ਖਾਣ ਪੀਣ ਤੇ, ਸਾਡੀ ਰੋਜੀ ਚ ਆ ਕੇ ਲੱਤ ਮਾਰੀ, ਸਾਡੀਆਂ ਤਨਖਾਹਾਂ ਘਟੀਆਂ। ਉਦੋਂ ਉਹ ਮਨਮੋਹਨ ਸਿੰਘ ਦੀ ਮਿਹਰਬਾਨੀ ਸੀ। ਉਸ ਤੋਂ ਬਾਅਦ ਮਨਮੋਹਨ ਸਿੰਘ ਇੱਥੇ ਆਇਆ 2006 ਦੇ ਵਿੱਚ ਮੇਰਾ ਖਿਆਲ ਆ, ਪਤਾ ਨਹੀਂ ਮੈਨੂੰ ਪੱਕਾ ਸ਼ੋਰ ਮੇਰੇ ਯਾਦ ਨਹੀਂ, ਸੋਰੀ ਦੋਸਤੋ ਮੈਂ ਮਾਫੀ ਚਾਹੁੰਦਾ, ਮੇਰੇ ਪੱਕਾ ਯਾਦ ਨਹੀਂ ਹੈ। ਪਤਾ ਇੱਥੇ ਆਇਆ ਸੀਗਾ ਫਰਾਂਸ, ਫਰਾਂਸ ਆ ਕੇ ਉਹ ਇੱਥੇ ਦੀ ਮਿਨਿਸਟਰੀ ਨੂੰ ਆ ਕੇ ਕਹਿੰਦਾ ਕਿ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਹੁਤ ਚੜ੍ਹਦੀ ਕਲਾ, ਨੌਕਰੀਆਂ ਦਾ ਕੋਈ ਘਾਟਾ ਨਹੀਂ, ਤੇ ਕੋਈ ਉੱਥੇ ਗੜਬੜ ਨਹੀਂ ਹੈ, ਕੋਈ ਉੱਥੇ ਆਤੰਕਵਾਦ ਨਹੀਂ ਹੈ, ਕੋਈ ਉੱਥੇ ਖਤਰਾ ਨਹੀਂ ਹੈ ਕਿਸੇ ਨੂੰ, ਇਸ ਕਰਕੇ ਸਾਡਾ ਕੋਈ ਪੰਜਾਬੀ ਸਿਆਸੀ ਪਨਾਹ ਮੰਗੇ ਤਾਂ ਤੁਸੀਂ ਕਿਸੇ ਨੂੰ ਸਿਆਸੀ ਪਨਾਹ ਨਹੀਂ ਦੇਣੀ, ਸਾਡੇ ਸਾਰਾ ਕੁਛ ਬਿਲਕੁਲ ਕਲੀਅਰ ਹੈ। ਤੇ ਸਾਡੇ ਲੋਕਾਂ ਨੂੰ ਉਦੋਂ ਬਾਅਦ ਫਰਾਂਸ ਦੇ ਵਿੱਚ ਜਿੱਥੇ ਲੋਕਾਂ ਦੇ ਕੁਛ ਚਲੋ ਪੇਪਰ ਜਮ੍ਹਾਂ ਹੋ ਜਾਂਦੇ ਸੀ, ਕੋਈ ਪੋਲੀਟੀਕਲ ਬੇਸ ਤੇ ਪੇਪਰ ਜਮ੍ਹਾਂ ਹੋ ਜਾਂਦੇ ਸੀ, ਉਹਨਾਂ ਨੂੰ ਥੋੜਾ ਬਹੁਤ ਖਾਣ ਪੀਣ ਨੂੰ ਮਿਲ ਜਾਂਦਾ ਸੀ, ਕੁਛ ਉਹ ਕੱਢ ਲੈਂਦੇ ਸੀ, ਕੁਛ ਆਪਣੀ ਫੈਮਿਲੀ ਨੂੰ ਭੇਜ ਦਿੰਦੇ ਸੀ ਕੁਛ। ਉਦੋਂ ਬਾਅਦ ਉਹਨਾਂ ਨੇ ਸਭ ਕੁਛ ਬੰਦ ਕਰਤਾ ਫਰਾਂਸ ਵਾਲਿਆਂ ਨੇ, ਇੰਡੀਆ ਦੇ ਪੰਜਾਬੀ ਨੂੰ ਉਹ ਕੋਈ ਵੀ ਪੋਲੀਟੀਕਲ ਸਟੇ ਨਹੀਂ ਦਿੰਦੇ। ਉਹ ਪ੍ਰਧਾਨ ਮੰਤਰੀ ਦੀ ਮਿਹਰਬਾਨੀ ਹੋਈ ਮਨਮੋਹਨ ਸਿੰਘ ਦੀ, ਪਾਕਿਸਤਾਨੀਆਂ ਨੂੰ ਬੰਗਾਲੀਆਂ ਨੂੰ ਹੋਰਾਂ ਨੂੰ ਹਜੇ ਵੀ ਮਿਲਦੀ ਆ ਸ਼ੈਲੇ ਮੋਤੇ ਫਰਾਂਸ ਦੇ ਵਿੱਚ, ਲੇਕਿਨ ਪੰਜਾਬੀ ਨੂੰ ਨਹੀਂ ਮਿਲਦੀ, ਨਾ ਪੋਲੀਟੀਕਲ ਸਟੇ ਮਿਲਦੀ ਆ, ਨਾ ਉਹਦਾ ਕੋਈ ਪੈਸਾ ਮਿਲਦਾ, ਨਾ ਕੁਛ ਹੋਰ ਮਿਲਦਾ, ਉਹ ਤੁਹਾਡੀ ਮਿਹਰਬਾਨੀ ਇੰਡੀਆ ਦੇ ਮਿਨਿਸਟਰਾਂ ਦੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਆਹ ਨਵਾਂ ਸੱਪ ਕੱਢਤਾ, ਹੈ ਤੁਹਾਨੂੰ ਪਹਿਲਾਂ ਪਤਾ ਸੀ ਇਹ ਗੱਲਾਂ ਦਾ, ਤੁਹਾਨੂੰ ਪਹਿਲਾਂ ਪਤਾ ਸੀ, ਤੇਰੇ ਕੇਸਰੀਵਾਲ ਨੂੰ ਵੀ ਭਗਵੰਤ ਮਾਨ ਸਾਹਿਬ ਪਤਾ ਸੀ ਕਿ 2006 ਦੇ ਦਾ ਕੇਸ ਲੱਗਿਆ ਹੋਇਆ MP ਦਾ ਸੁਪਰੀਮ ਕੋਰਟ ਦੇ ਵਿੱਚ, ਉਹਦਾ ਭਲੀ ਭਾਂਤ ਕੇਸਰੀਵਾਲ ਨੂੰ ਪਤਾ ਸੀ, ਔਰ ਤੈਨੂੰ ਵੀ ਪਤਾ ਸੀ ਕਿ ਜਿਹੜੇ 35,000 ਮੁਲਾਜ਼ਮ ਤੂੰ ਆ ਕੇ ਬੋਲਤਾ ਕਿ ਪੱਕੇ ਅਸੀਂ ਕਰ ਦਿਆਂਗੇ, ਉਹ ਪੱਕੇ ਨਹੀਂ ਹੋ ਸਕਦੇ, ਇਹ ਤੁਹਾਨੂੰ ਪਤਾ ਸੀ, ਜੁਮਲਾ ਸੀ। ਅਸੀਂ ਅੱਜ ਤੱਕ ਮੋਦੀ ਉਹਨਾਂ ਨੂੰ ਕਹਿੰਦੇ ਰਹੇ ਨਾ ਜੁਮਲੇ, ਤੁਸੀਂ ਤਾਂ ਉਹਨਾਂ ਤੋਂ ਗਾਂਹ ਲਾਂਗੇ, ਤੁਸੀਂ ਸੁੱਖੇ ਤੋਂ ਵੀ ਗਾਂਹ ਲਾਂਗੇ, ਬਹੁਤ ਦਰਜੇ ਉੱਪਰ ਚਲੇ ਗਏ ਸਮਝੇ। ਤੇ ਤੁਹਾਨੂੰ ਪਤਾ ਸੀ ਉਹ 35,000 ਪੱਕੇ ਨਹੀਂ ਹੋਣੇ, ਕਿਉਂਕਿ ਆਲਰੇਡੀ 2006 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਸ ਚੀਜ਼ ਬਾਰੇ। ਜਦੋਂ ਸਾਡੇ ਵਰਗੇ ਅਨਪੜ੍ਹ ਦੇਸੀ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ, ਤਾਂ ਤੁਸੀਂ ਤਾਂ ਪੋਲੀਟੀਕਲ ਹੋ, ਤੁਸੀਂ ਤਾਂ ਵਿੱਚੋਂ ਉਸ ਚੀਜ਼ ਦੇ, ਤੁਹਾਨੂੰ ਕਿਵੇਂ ਨਹੀਂ ਪਤਾ ਕਿ 2006 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਉਹ ਐਲਾਨ ਕਰਤਾ ਕਿ 35,000 ਅਸੀਂ ਪੱਕੇ ਕਰਾਂਗੇ। ਤੇ ਦੂਸਰੀ ਗੱਲ ਇਹ, ਹੁਣ ਮੈਨੂੰ ਦੱਸੋ ਤੁਸੀਂ 25,000 ਦੇ ਵਿੱਚੋਂ ਕਿੰਨੀਆਂ ਨੌਕਰੀਆਂ ਦਿੱਤੀਆਂ, ਜਿਹੜਾ ਤੁਸੀਂ ਐਲਾਨ ਕਰਤਾ ਕਿ 25,000 ਅਸੀਂ ਨੌਕਰੀ ਦੇਵਾਂਗੇ, ਕਿੰਨੀਆਂ ਦਿੱਤੀਆਂ, ਭੇਜੋਗੇ ਲਿਸਟ? ਔਰ ਜੇ ਕਿਸੇ ਨੂੰ ਦਿੱਤੀਆਂ ਵੀ ਹੋਣਗੀਆਂ, ਉਹ ਹਿਮਾਚਲ ਵਾਲੇ ਨੂੰ ਜਾਂ ਕਿਸੇ UP ਵਾਲੇ ਨੂੰ ਦਿੱਤੀ ਹੋਊਗੀ, ਕਿ ਤੁਸੀਂ ਜਿਹੜੇ ਲੱਖੇ ਸ਼ਧਾਣੇ ਨੇ
ਤੁਹਾਡੇ ਮੂਹਰੇ ਡਿਮਾਂਡ ਰੱਖੀ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕਿ 300 ਬੰਦਾ ਪੁਲਿਸ ਦੇ ਵਿੱਚ ਬਾਹਰਲਾ ਭਰਤੀ ਹੋਇਆ ਵੇ, ਤੁਸੀਂ ਉਹਨਾਂ ਨੂੰ ਕੱਢਿਆ? ਜਿਹੜੇ ਬੰਦੇ ਨੂੰ ਤੁਸੀਂ ਕਹਿ ਰਹੇ ਸੀ ਕਿ ਤੂੰ, ਮੈਂ ਮੇਰੇ ਮੂੰਹ ਚੋਂ ਹੁਣ ਕੁਛ ਹੋਰ ਨਿਕਲਣ ਲੱਗਿਆ ਸੀ, ਤੁਸੀਂ ਇਹੋ ਜਿਹਾ ਬਿਆਨ ਦਿੱਤਾ ਸੀ ਉਹ DSP ਜੀ ਨੇ ਉਹਦੇ ਜਦੋਂ ਇਹ ਆਪਣਾ ਇਹ ਪੁਰਾਣਾ ਮੁੱਖ ਮੰਤਰੀ ਕਿਹੜਾ ਹੁਣ ਰਿਹਾ ਯਾਰ, ਤੇ ਇਹ ਗਿਆ ਸੀ ਮਾਨਸਾ, ਉੱਥੇ ਇਹਨਾਂ ਦੇ ਟੀਚਰਾਂ ਦੇ ਡੰਡੇ ਮਾਰੇ ਸੀ, ਬੁਰਾ ਹਾਲ ਉਹਨਾਂ ਨੂੰ ਬੱਸ ਦੇ ਵਿੱਚ ਬੈਠਿਆਂ ਨੂੰ ਹੁੱਜਾਂ ਮਾਰੀਆਂ ਸੀ ਏਦਾਂ। ਤੁਹਾਡਾ ਇਹੋ ਜਿਹਾ ਬਿਆਨ ਆਇਆ ਸੀ ਕਿ ਸਾਨੂੰ ਫਕਰ ਹੋਇਆ ਸੀ ਕਿ ਹਾਂ ਜੀ ਸਾਡਾ ਕੋਈ ਬੰਦਾ ਹੈਗਾ ਜਿਹੜਾ ਇਸ ਵਿਸ਼ੇ ਤੇ ਬੋਲ ਰਿਹਾ। ਇਸ ਟਾਈਮ ਤੁਸੀਂ ਕਹਿੰਦੇ ਸੀ ਇਹੋ ਜਿਹੇ ਬੰਦੇ ਨੂੰ ਤਾਂ ਨੌਕਰੀ ਕਰਨ ਦਾ ਹੱਕ ਹੀ ਕੋਈ ਨਹੀਂ, ਇਹੋ ਜਿਹੇ ਬੰਦੇ ਨੂੰ ਤਾਂ ਘਰ ਵੀ ਨਹੀਂ ਭੇਜਣਾ ਚਾਹੀਦਾ, ਇਹੋ ਜਿਹੇ ਬੰਦੇ ਨੂੰ ਤਾਂ ਜੇਲ੍ਹ ਭੇਜ ਦੇਣਾ ਚਾਹੀਦਾ। ਇਹ ਤੁਹਾਡਾ ਬਿਆਨ ਸੀ ਭਗਵੰਤ ਮਾਨ ਸਾਹਿਬ ਉਸ ਟਾਈਮ ਕਿ ਇਹੋ ਜਿਹੇ ਬੰਦੇ ਨੂੰ ਤਾਂ ਨੌਕਰੀ ਤਾਂ ਕੀ, ਇਹੋ ਜਿਹੇ ਬੰਦੇ ਨੂੰ ਤਾਂ ਘਰ ਵੀ ਨਹੀਂ ਭੇਜਣਾ ਚਾਹੀਦਾ, ਇਹੋ ਜਿਹੇ ਨੂੰ ਤਾਂ ਸਿੱਧਾ ਜੇਲ੍ਹ ਭੇਜ ਦੇਣਾ ਚਾਹੀਦਾ। ਇਹ ਤੁਹਾਡੀ ਜਵਾਨ ਆ ਭਗਵੰਤ ਮਾਨ ਸਾਹਿਬ, ਹੁਣ ਉਹੀ ਬੰਦਾ ਤੁਹਾਡੀ ਸਿਕਿਉਰਿਟੀ ਚ ਲੱਗਿਆ ਹੋਇਆ, ਕੀ ਕਹੋਗੇ? ਕੋਈ ਜਵਾਬ ਹੈ? ਭੇਡਾਂ ਨੂੰ ਵੀ ਪੁੱਛਦਾ ਭੇਡੋ, ਕੋਈ ਜਵਾਬ ਹੈ? ਜੇ ਕਿਸੇ ਭੇਡ ਕੋਲੇ ਇਹ ਚੀਜ਼ ਦਾ ਕੋਈ ਜਵਾਬ ਹੋਵੇ ਤਾਂ ਮੈਨੂੰ ਜ਼ਰੂਰ ਦੇਵੇ। ਤੇ ਤੀਸਰੀ ਗੱਲ ਇਹ ਕਿ ਦੁਨੀਆਂ ਦੇ ਇਤਿਹਾਸ ਚ ਔਰ ਸਾਡੇ ਇੰਡੀਆ ਦੇ ਇਤਿਹਾਸ ਚ ਆ ਸਿੰਘੋ ਜਿਹੜੀ ਮੈਂ ਗੱਲ ਕਹਿਣ ਲੱਗਾ, ਇਹ ਬਹੁਤ ਖਤਰਨਾਕ ਗੱਲ ਹੈ, ਬਹੁਤ ਹੀ ਖਤਰਨਾਕ। ਤੇ ਇਹ ਗੱਲ ਨੂੰ ਤੁਸੀਂ ਬਹਿ ਕੇ ਆਰਾਮ ਨਾਲ ਸੋਚ ਕੇ ਵਿਚਾਰ ਕੇ ਸੁਣ ਕੇ ਵਿਚਾਰਿਓ ਜ਼ਰੂਰ ਇਸ ਗੱਲ ਤੇ। ਜਿਹੜਾ ਸਾਡਾ ਰਾਜਪਾਲ ਲਾਇਆ ਪੁਰੋਹਿਤ, ਉਹ RSS ਦਾ ਖਾਸ ਬੰਦਾ ਹੈ, ਬਿਲਕੁਲ ਖਾਸ। ਜਿੰਨੇ ਪ੍ਰੂਫ ਚਾਹੀਦੇ ਨੇ, ਜਿੰਨੇ ਵੀ, ਇੱਕ ਨਹੀਂ, ਜਿੰਨੇ ਤੁਹਾਨੂੰ ਚਾਹੀਦੇ ਨੇ, 100, 200, 400, ਮੈਂ ਸਾਰੇ ਦੇ ਦਿੰਦਾ ਤੁਹਾਨੂੰ। ਉਹਦੀ ਸਾਰੀ ਜਨਮ ਕੁੰਡਲੀ ਖੋਲ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਪੁਰੋਹਿਤ ਦੀ, ਜੇ ਤੁਸੀਂ ਕਹਿੰਦੇ ਹੋ ਭੇਡੋ, ਖਾਸ ਕਰਕੇ ਭੇਡਾਂ ਨੂੰ ਇਹ ਤੇ ਬਰਬਾਦ ਹੋ ਰਿਹਾ ਤੁਹਾਡਾ ਪੰਜਾਬ, ਬਹੁਤ ਖਤਰਨਾਕ ਸਟੇਜ ਤੇ ਖੜੇ ਹੋ ਤੁਸੀਂ। ਤੁਸੀਂ ਕਹਿੰਦੇ ਹੁੰਦੇ ਆ ਨਾ ਕਿ ਧਰਤੀ ਫਟ ਗਈ, ਐ ਫਟਣ ਵਾਲਾ ਹੁਣ ਤੁਹਾਡਾ ਪੰਜਾਬ, ਤੁਸੀਂ ਸੌਖੇ ਨਹੀਂ ਹੈਗੇ। ਜੇ ਤੁਸੀਂ ਕਹੋ, ਤੁਸੀਂ ਸੋਚਦੇ ਹੋ ਵੀ ਪਤਾ ਨਹੀਂ ਚੱਲ ਹੋਊ ਕਹਿ ਕੇ ਛੱਡ ਦਿੰਦੇ ਹੋ, ਮੈਂ ਵੀ ਪਿਛਲੇ ਹਫ਼ਤੇ ਚੱਲ ਗਿਆ ਸੀ, ਬੁਲਾ ਲਿਆ ਸੀ ਮਹਾਰਾਜ ਨੇ, ਬੰਦੇ ਦਾ ਕੋਈ ਪਤਾ ਨਹੀਂ ਇੱਥੇ, ਮੇਰੇ ਦਿਲ ਤੇ ਦਰਦ ਹੋਇਆ, ਮੈਂ ਕਿਹਾ ਚੱਲ ਹੋਊ, ਅਸੀਂ ਚੱਲ ਹੋਊ ਤੇ ਛੱਡਣ ਵਾਲੇ ਲੋਕ ਹਾਂ, ਉਹ ਚੱਲ ਹੋਊ ਤੇ ਮੈਂ ਇਹੋ ਜਿਹਾ ਛੱਡਿਆ, ਮੈਂ ਕੰਮ ਤੇ ਬੈਠਾ ਸੀਗਾ, ਉਹ ਵੱਧ ਗਿਆ, ਮੈਂ ਦਿਲ ਫੜ ਕੇ ਬਹਿ ਗਿਆ। ਤੇ ਸਾਡਾ ਮੈਨੇਜਰ ਆਇਆ, ਉਹ ਕਹਿੰਦਾ ਰਾਜ ਕੀ ਗੱਲ ਹੋਈ ਆ? ਮੈਂ ਕਿਹਾ ਮੇਰੇ ਹਾਰਟ ਤੇ ਬਹੁਤ ਦਰਦ ਹੋ ਰਿਹਾ। ਉਹਨੇ ਉਸ ਟਾਈਮ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਚੱਕ ਕੇ ਲੈ ਗਈ, ਉਹ ਡਾਕਟਰ ਨੇ ਮੈਨੂੰ ਬਹੁਤ ਦੁਰ ਫਿੱਟੇ ਨੂੰ ਕਿਹਾ, ਕਹਿੰਦਾ ਤੂੰ ਜਦੋਂ ਤੇਰੇ ਪੇਨ ਪਹਿਲਾਂ ਹੋਇਆ ਸੀ ਤੂੰ ਕਿਉਂ ਨੀ ਆਪਣੇ ਮੈਨੇਜਰ ਨੂੰ ਦੱਸਿਆ? ਕਹਿੰਦਾ ਤੇਰੀ ਹਾਲਤ ਤੈਨੂੰ ਪਤਾ। ਤੇ 2 ਦਿਨ ਮੈਨੂੰ ਹਸਪੀਟਲ ਦੇ ਵਿੱਚ ਰੱਖਿਆ, 15 ਦਿਨ ਦੀ ਲੀਵ ਦਿੱਤੀ, ਮੈਡੀਕਲ ਲੀਵ, ਤੇ ਕੱਲ ਮੈਂ ਪਹਿਲੇ ਦਿਨ ਕੰਮ ਤੇ ਗਿਆ, ਜਾਂ ਹੁਣ ਚੱਲਿਆ ਮੈਂ, 9 ਵਜੇ ਮੈਂ ਜਾਣਾ ਹੁਣ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਿਹੜਾ ਤੁਹਾਡਾ ਪੁਰੋਹਿਤ ਆ ਉਹ RSS ਦਾ ਖਾਸ ਬੰਦਾ, ਤੁਸੀਂ ਦੁਨੀਆਂ ਨੂੰ ਚਲੋ ਛੱਡ ਦਿਓ, ਪਾਸੇ ਕਰ ਦਿਓ, ਦੁਨੀਆਂ ਨੂੰ ਛੱਡ ਦਿਓ, ਪਾਸੇ ਕਰ ਦਿਓ, ਇੰਡੀਆ ਦੇ, ਪੰਜਾਬ ਨੂੰ ਵੀ ਛੱਡ ਦਿਓ, ਇੰਡੀਆ ਦੇ ਇਤਿਹਾਸ ਦੇ ਵਿੱਚ, ਪੰਜਾਬ ਨੂੰ ਵੀ ਛੱਡ ਦਿਓ ਤੁਸੀਂ, ਇੰਡੀਆ ਦੇ ਇਤਿਹਾਸ ਦੇ ਵਿੱਚ
ਤੁਸੀਂ ਕੋਈ ਅੱਜ ਤੱਕ 70 ਸਾਲਾਂ ਚ 75 ਸਾਲਾਂ ਚ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੁਸੀਂ ਕੋਈ ਦੇਖਿਆ ਕਿ ਰਾਜਪਾਲ ਮੁਆਇਨਾ ਕਰਦਾ ਹੋਵੇ, ਸਿਕਿਉਰਿਟੀ ਦੀ ਮੀਟਿੰਗ ਲੈਂਦਾ ਹੋਵੇ? ਜੇ ਕਿਸੇ ਭੇਡ ਨੂੰ ਇਸ ਗੱਲ ਦਾ ਜਵਾਬ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੇਵੇ। ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਉਹ ਜਨਤਾ ਪਾਰਟੀ ਦੀ ਸਰਕਾਰ ਸੀ, ਚਾਹੇ ਉਹ ਅਕਾਲੀਆਂ ਦੀ ਸਰਕਾਰ ਸੀ, ਚਾਹੇ ਉਹ ਕਿਸੇ ਦੂਜੇ ਤੀਜੇ ਚੌਥੇ ਦੀ ਸਰਕਾਰ ਸੀ, ਮੈਂ ਕਿਸੇ ਮੇਰਾ ਕੋਈ ਕੁਛ ਨਹੀਂ ਲੱਗਦਾ, ਨਾ ਕੋਈ ਅਕਾਲੀ ਨਾ ਕਾਂਗਰਸੀ ਨਾ ਕੋਈ। ਅਸੀਂ ਤਾਂ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਹਾਂ, ਸਿੱਧੀ ਸਾਫ਼ ਗੱਲ ਹੈ। ਜਦ ਤੱਕ ਸਾਡੇ ਕੋਲ ਸਾਡਾ ਸਿੱਖ ਰਾਜ ਨਹੀਂ, ਸਾਡਾ ਅਸੀਂ ਸਾਡੇ ਵਾਸਤੇ ਕੁਛ ਨਹੀਂ ਹੈ, ਅਸੀਂ ਜੀਰੋ ਹਾਂ, ਸਾਡਾ ਕੁਛ ਨਹੀਂ ਹੋ ਸਕਦਾ ਜਦ ਤੱਕ ਸਾਨੂੰ ਸਾਡਾ ਰਾਜ ਸਾਡੇ ਕੋਲ ਨਹੀਂ ਆਉਂਦਾ। ਮੈਂ ਤਾਂ ਸਪਸ਼ਟ ਇਹ ਗੱਲ ਕਹਿਣਾ, ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ। ਹਾਂ, 2017 ਚ ਆਮ ਆਦਮੀ ਪਾਰਟੀ ਦੀ ਥੋੜੀ ਸਪੋਰਟ ਕੀਤੀ ਸੀ, ਸੋਚਿਆ ਸੀ ਕੁਛ ਕਰਨਗੇ, ਪਰ ਲੇਕਿਨ ਇਹ ਤਾਂ ਇਹਨਾਂ ਦੇ ਵੀ ਪਿਓ ਦੇ ਕੀ ਪਿਓ ਕੀ ਦਾਦੇ ਨਿਕਲੇ, ਜਿੰਨਾ ਕੁ ਸਮਾਂ ਇਹਨਾਂ ਨੂੰ ਹੋ ਗਿਆ। ਤੇ ਹੁਣ ਇਹਨਾਂ ਨੇ ਜਿੰਨੇ ਤੁਹਾਡੇ ਸਰਹੱਦੀ ਜ਼ਿਲ੍ਹੇ ਨੇ, ਤੁਸੀਂ ਇਹ ਚੀਜ਼ ਨੂੰ ਸੋਚੋ ਪੰਜਾਬੀਓ, ਆ ਜਿਹੜਾ ਆ ਦਿੱਤਾ ਰੱਬ ਨੇ, ਇਹ ਵਰਤਣ ਵਾਸਤੇ ਦਿੱਤਾ, ਇਹ ਫੋਕੇ ਕਮੈਂਟ ਕਰਨ ਵਾਸਤੇ ਨਹੀਂ ਦਿੱਤਾ ਕਿ ਮੈਂ ਕੁਛ ਬੋਲਤਾ ਤੁਸੀਂ ਹਾਂ ਜੀ ਭਾਜੀ ਕਮੈਂਟ ਕਰਤਾ। ਇਹਨੂੰ ਸੋਚੋ ਵਿਚਾਰੋ, ਤੁਹਾਡੇ ਸਾਰੇ ਸਰਹੱਦੀ ਜ਼ਿਲ੍ਹੇ, ਭਗਵੰਤ ਮਾਨ ਦਾ ਕੋਈ ਕੰਟਰੋਲ ਨਹੀਂ ਉੱਥੇ, ਸਾਰੇ ਪੁਰੋਹਿਤ ਨੂੰ ਦਿੱਤੇ ਨੇ, ਉਹ ਪੁਰੋਹਿਤ ਆਰ ਐਸ ਐਸ ਦਾ ਬੰਦਾ, ਸਾਰੀ ਆਰਮੀ ਤੇ ਕੰਟਰੋਲ ਉਹਦਾ ਹੋ ਗਿਆ। ਚੱਕ ਚੱਕ ਤੁਹਾਡੇ ਫੇਕ ਮੁਕਾਬਲੇ ਹੋਣਗੇ, ਹੁਣ ਹਰ 3 ਮਹੀਨੇ ਬਾਅਦ ਉਹ ਮੀਟਿੰਗ ਲਏਗਾ ਤੁਹਾਡੇ ਇਹਨਾਂ ਦੀ ਆਰਮੀ ਦੇ ਨਾਲ, ਜਿੰਨੇ ਵੀ ਸਰਹੱਦੀ ਜ਼ਿਲ੍ਹੇ ਨੇ, ਫਾਜ਼ਿਲਕਾ ਹੋ ਗਿਆ, ਹੋਰ ਹੋ ਗਿਆ, ਇੱਧਰ ਫਿਰੋਜ਼ਪੁਰ ਵਗੈਰਾ, ਅੰਮ੍ਰਿਤਸਰ, ਇਹ ਏਰੀਆ ਸਾਰਾ, ਬਾਬਾ ਬਕਾਲਾ ਵਗੈਰਾ, ਸਾਰਾ ਡੁੱਬ ਕੇ ਮਰ ਜਾਓ। ਤੇ ਡੁੱਬ ਕੇ ਮਰਨ ਵਾਲੀ ਗੱਲ ਹੈ ਇਹ ਭਗਵੰਤ ਮਾਨ ਬਾਰੇ ਵੀ, ਉਹਦੇ ਨਾਲ ਬੈਠ ਕੇ ਭਗਵੰਤ ਮਾਨ ਸਾਹਿਬ, ਪੰਜਾਬ ਦੇ ਮੁੱਖ ਮੰਤਰੀ, ਕੱਖ ਨਹੀਂ ਪਤਾ ਭਗਵੰਤ ਮਾਨ ਸਾਹਿਬ, ਤੁਹਾਨੂੰ ਜੀਰੋ ਹੋ ਤੁਸੀਂ, ਕੱਖ ਨਹੀਂ ਪਤਾ ਤੁਹਾਨੂੰ। ਉਸ ਰਾਜਪਾਲ ਨਾਲ ਬੈਠ ਕੇ ਤੁਸੀਂ ਮੀਟਿੰਗ ਕਰ ਰਹੇ ਹੋ, ਔਰ ਤੁਸੀਂ ਬੜਾ ਫਖਰ ਮਹਿਸੂਸ ਕਰ ਰਹੇ ਹੋ ਕਿ ਇਸ ਰਾਜਪਾਲ ਨੂੰ ਫਾਜ਼ਿਲਕਾ ਹੋਰ ਦੇ ਹਰ ਪਿੰਡ ਦੇ ਨਾਂ ਦਾ ਪਤਾ। ਵਾਹ, ਕੀ ਸੋਚਣੀ ਆ ਤੁਹਾਡੀ, ਧੰਨ ਆ, ਧੰਨ ਆ ਬਾਬਿਓ, ਤੁਹਾਨੂੰ ਪਤਾ ਕੀ ਕਰ ਰਿਹਾ ਤੁਹਾਡੇ ਨਾਲ ਸੈਂਟਰ। ਮੈਂ ਸੱਤ ਲਾ ਕੇ ਕਹਿਣਾ, ਸੱਤ ਹੀ ਠੋਕ ਕੇ ਕਹਿਣਾ, ਇਹੀ ਕੋਈ ਵੀ ਰਾਜਪਾਲ, ਇੱਕ ਜਨਾਨੀ ਬੈਠੀ ਹੈ ਬੰਗਾਲ ਦੇ ਵਿੱਚ, ਜਨਾਨੀ ਆ ਉਹ, ਅਸੀਂ ਕਹਿੰਦੇ ਹਾਂ ਔਰਤਾਂ ਬਹੁਤ ਥੱਲੇ ਨੇ, ਮੈਂ ਸ਼ਰਤ ਲਾ ਕੇ ਸੱਤ ਹੀ ਠੋਕ ਕੇ ਗੱਲ ਕਹਿਣਾ, ਜੇ ਰਾਜਪਾਲ ਮਾੜਾ ਜਿਹਾ ਵੀ ਦਖਲ ਦਿੰਦਾ ਉਹਦੇ ਵਿੱਚ, ਕਿਸੇ ਬਾਰਡਰ ਸਟੇਟ ਦੇ ਵਿੱਚ ਜਾਂ ਕਿਸੇ ਵੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾਂ ਕਿਸੇ ਵੀ ਬਾਰਡਰ ਤਹਿਸੀਲ ਦੇ ਵਿੱਚ, ਤਾਂ ਉਹਨੇ ਸ਼ੇਰਨੀ ਨੇ ਉਸੇ ਟਾਈਮ ਦਹਾੜ ਮਾਰਨੀ ਸੀ ਮਮਤਾ ਬੈਨਰਜੀ ਨੇ। ਉਹਨੇ ਕਹਿਣਾ ਸੀ ਆਪਣੀ ਕੁਰਸੀ ਤੇ ਜਾ ਕੇ ਬੈਠ, ਅਸੀਂ ਸੰਭਾਲ ਲਾਂਗੇ ਸਾਡਾ ਸੂਬਾ, ਤੇ ਤੁਹਾਡੇ ਕੋਲੋਂ ਕੱਖ ਨਹੀਂ ਸਰਿਆ, ਤੁਸੀਂ ਉਲਟਾ ਉਹਦੇ ਨਾਲ ਜਾ ਕੇ ਮੀਟਿੰਗਾਂ ਕਰ ਰਹੇ ਹੋ। ਜੇ ਤੁਹਾਨੂੰ ਨਹੀਂ ਕੁਛ ਪਤਾ ਤਾਂ ਸਾਡੀ ਬੇਨਤੀ ਹੈ, ਕਿਰਪਾ ਕਰਕੇ, ਵੱਡੇ ਵੱਡੇ ਇੰਸਪੈਕਟਰ, ਵੱਡੇ ਵੱਡੇ ਆਫੀਸਰ ਬੈਠੇ ਨੇ ਪੰਜਾਬ ਦੇ ਵਿੱਚ, ਤੇ ਉਹਨਾਂ ਦੀ ਕੋਈ ਸਲਾਹ ਲੈ ਲਓ, ਉਹਨਾਂ ਨਾਲ ਬਹਿ ਜਾਓ, ਉਹਨਾਂ ਨਾਲ ਮੀਟਿੰਗ ਕਰ ਲਓ, ਸਮਝ ਲਓ ਕਿ ਕੀ ਹਾਲਾਤ ਨੇ। ਹੁਣ ਇਹ ਸਿੱਧਾ ਦੀ ਸਿੱਧਾ
ਬਿਲਕੁਲ ਸਿੱਧਾ ਸਪਸ਼ਟ ਤੌਰ ਤੇ ਸੈਂਟਰ ਦੇ ਅੰਡਰ ਆ ਗਏ ਨੇ ਇੰਨੇ ਡਿਸਟ੍ਰਿਕਟ, ਜਿਨ੍ਹਾਂ ਡਿਸਟ੍ਰਿਕਟਾਂ ਦੇ ਵਿੱਚ ਤੁਹਾਡਾ ਪੁਰੋਹਿਤ ਮੀਟਿੰਗਾਂ ਕਰੇਗਾ, ਔਰ ਉਹ ਆਰ ਐਸ ਐਸ ਦਾ ਖਾਸ ਬੰਦਾ। ਹੁਣ ਤੁਹਾਡਾ ਕੰਟਰੋਲ ਕੰਪਲੀਟ ਆਰ ਐਸ ਐਸ ਦੇ ਅੰਡਰ ਆ, ਤੁਹਾਡੇ ਅੰਡਰ ਨਹੀਂ ਹੈ ਮਾਨ ਸਾਹਿਬ। ਤੇ ਦੂਸਰੀ ਗੱਲ, ਕੱਲ ਕੇਜਰੀਵਾਲ ਨੇ ਇੱਕ ਮੀਟਿੰਗ ਸੱਦੀ ਹੈ, ਅੱਜ ਤੱਕ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਹੋਵੇ, ਚਾਹੇ ਦੂਜਾ ਤੀਜਾ ਥਾਂ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਕੋਈ ਅੱਜ ਤੱਕ ਤੁਸੀਂ 70-75 ਸਾਲ ਦੇ ਇਤਿਹਾਸ ਦੇ ਵਿੱਚ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਅਸੀਂ ਤਾਂ ਗੁਲਾਮ ਆ, ਚਲੋ ਅਸੀਂ ਤਾਂ ਆਜ਼ਾਦ ਨਹੀਂ ਹੋਏ, ਨਾ ਸਾਡਾ ਪੰਜਾਬ ਆਜ਼ਾਦ ਹੋਇਆ, ਲੇਕਿਨ ਜਦੋਂ ਦਾ ਦੇਸ਼ ਆਜ਼ਾਦ ਤੁਹਾਡਾ ਹੋਇਆ ਇੰਡੀਆ, ਹੈ ਤੁਸੀਂ 70-75 ਸਾਲ ਦੇ ਵਿੱਚ ਕਦੇ ਕੋਈ ਦੇਖਿਆ ਕਿ ਕੋਈ ਦਿੱਲੀ ਦਾ ਬੰਦਾ ਪੰਜਾਬ ਦੇ ਅਫਸਰਾਂ ਦੀ ਮੀਟਿੰਗ ਸੱਦਾ ਹੋਵੇ? ਉਹਨੂੰ ਕੀ ਹੱਕ ਹੈ? ਉਹ ਕੌਣ ਹੈ? ਲੱਖ ਦੀ ਲਾਹਣਤ ਉਹਨਾਂ ਅਫਸਰਾਂ ਦੇ ਜਿਹੜੇ ਉਹਦੇ ਕਹੇ ਤੋਂ ਗਏ ਨੇ ਉੱਥੇ ਉਹਦੀ ਮੀਟਿੰਗ ਕਰਨ, ਉਹਨੂੰ ਸਿੱਧਾ ਜਵਾਬ ਦਿੰਦੇ, ਉਹਨੂੰ ਕਹਿੰਦੇ ਤੂੰ ਕੌਣ ਆ ਓਏ? ਪਰ ਸਿੱਧਾ ਜਵਾਬ ਕੌਣ ਦਵੇ, ਕਿਉਂਕਿ ਸਾਰੇ ਬੈਠੇ ਤਾਂ ਦਿੱਲੀ ਵਾਲੇ ਹੀ ਨੇ, ਪੰਜਾਬ ਚ ਬੈਠੇ ਤਾਂ ਬਾਹਰਲੇ ਹੀ ਨੇ ਨਾ ਪੰਜਾਬ ਚ। ਕੋਈ ਸਮਾਂ ਸੀ ਸਾਡੇ ਹੁੰਦੇ ਸਾਡੀ ਅੱਖੀਂ ਦੇਖਦੇ, ਇਹ ਕੋਈ ਮੈਂ ਸਿੱਖ ਰਾਜ ਦੀ ਗੱਲ ਨਹੀਂ ਕਰ ਰਿਹਾ, ਮੈਂ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਨਹੀਂ ਕਰ ਰਿਹਾ, ਸਾਡੇ ਹੀ ਰਾਜ ਦੀ ਹੁਣ ਦੀ ਗੱਲ ਕਰ ਰਿਹਾ, 75-80 ਦੀ, 85 ਦੀ। ਤੇ ਸ਼ਿਮਲੇ ਦਾ ਡੀਸੀ ਹੁੰਦਾ ਸੀਗਾ ਸਰਦਾਰ, ਜੀਂਦ ਦਾ ਡੀਸੀ ਹੁੰਦਾ ਸੀ ਸਰਦਾਰ, ਤੇ ਹਰ ਡਿਸਟ੍ਰਿਕਟ ਦਾ ਡੀਸੀ ਹੁੰਦਾ ਸੀ ਸਰਦਾਰ, ਹਰਿਆਣੇ ਚ ਸਰਦਾਰ ਡੀਸੀ ਹੁੰਦਾ ਸੀ। ਤੇ ਹੁਣ ਤੁਹਾਡੇ ਕੋਲੇ ਕੋਈ ਹੈਗਾ ਕੋਈ ਏਦਾਂ ਦਾ ਵਰਕਰ ਪੰਜਾਬ ਦੇ ਵਿੱਚ ਜਿਹੜਾ ਕੋਈ ਤੁਹਾਡਾ ਆਫੀਸਰ ਜਾਂ ਕੋਈ ਤੁਹਾਡਾ ਮੇਨ ਜਿਹੜਾ ਕੋਈ ਸਰਦਾਰ ਹੋਵੇ, ਜਿੱਦੇ ਤੁਸੀਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ, ਜੋਗਿੰਦਰ ਗਰਾਹਾਂ ਵਿੱਚ ਬੈਠਾ, ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਤੁਹਾਨੂੰ ਮਿਲਟ ਮੀਟਿੰਗ ਵਾਸਤੇ ਆਈਆਂ ਨੇ, ਇੱਕ ਲਾਈਨ ਦੇ ਵਿੱਚ ਸਾਰੇ ਉਹ ਬੈਠੇ ਨੇ, ਇੱਥੇ ਏਦਾਂ ਤੂੰ ਬੈਠਾ, ਤੇ ਇੱਧਰਲੇ ਪਾਸੇ ਸਾਰੇ ਹੀ ਦਿੱਲੀ ਵਾਲੇ ਬੈਠੇ ਆ, ਉਹਨਾਂ ਦੇ ਵਿੱਚ ਕੋਈ ਸਰਦਾਰ ਸੀਗਾ? ਉਹਨਾਂ ਦੇ ਵਿੱਚ ਸੀਗਾ ਕੋਈ ਇਹੋ ਜਿਹਾ ਜਿਹੜਾ ਕੋਈ ਪੰਜਾਬ ਦੀ ਰਗ ਰਗ ਤੋਂ ਜਾਣੂ ਹੋਵੇ? ਫਿਰ ਸਾਨੂੰ ਪੰਜਾਬੀਆਂ ਨੂੰ ਜਿਹੜੀਆਂ ਖਾਸ ਕਰਕੇ ਭੇਡਾਂ ਨੇ, ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ? ਹੈ, ਇਹ ਸੋਚਣ ਵਾਲੀਆਂ ਗੱਲਾਂ ਨੇ ਪੰਜਾਬੀਓ, ਜਿਹੜੀਆਂ ਗੱਲਾਂ ਗੌਰ ਕਰਨ ਵਾਲੀਆਂ ਨੇ ਉਹ ਗੱਲਾਂ ਤੁਸੀਂ ਗੌਰ ਨਹੀਂ ਕਰਦੇ, ਜਿਹੜੀਆਂ ਗੱਲਾਂ ਸੋਚਣ ਵਾਲੀਆਂ ਨੇ ਉਹ ਤੁਸੀਂ ਸੋਚਦੇ ਨਹੀਂ, ਤੇ ਬਗੈਰ ਮਤਲਬ ਤੋਂ ਚੱਕਿਆ ਕਮੈਂਟ ਕਰਤਾ, ਕੋਈ ਵੀ ਗੱਲ ਹੋਵੇ ਉਹਦੀ ਪੂਰੀ ਭੋਖ ਪੜਤਾਲ ਕਰੋ, ਕੋਈ ਪੋਸਟ ਦੇਖੋ ਫੇਸਬੁੱਕ ਤੇ ਇੰਸਟਾਗ੍ਰਾਮ ਤੇ, ਕੋਈ ਪੋਸਟ ਦੇਖੋ, ਉਹ ਪੋਸਟ ਨੂੰ ਪੜ੍ਹੋ ਆਰਾਮ ਨਾਲ, ਮਗਰ ਉਹਦੀ ਘੋਖ ਕਰੋ, ਘੋਖ ਕਰਨ ਤੋਂ ਬਾਅਦ ਉਹਦੀ ਜਾਣਕਾਰੀ ਲੈਣ ਤੋਂ ਬਾਅਦ ਫੇਰ ਕੋਈ ਕਮੈਂਟ ਕਰੋ, ਚੱਕਿਆ ਮੈਂ ਬੋਲ ਪਿਆ, ਮੇਰੇ ਵਰਗਾ ਕੁੱਤਾ ਕੋਈ ਭੌਂਕਿਆ ਤੇ ਚੁੱਪ ਕਰਕੇ ਠਾ ਕਰਕੇ ਤੁਸੀਂ ਆ ਕੇ ਉਹ ਦੇਤਾ ਕਮੈਂਟ ਚੱਕ ਕੇ ਮਾਰਤਾ, ਜੀ ਜਿਹੜੀ ਮੈਂ ਗੱਲ ਕਹੀ ਆ ਉਹਦੇ ਬਾਰੇ ਤੁਸੀਂ ਨਾ ਕੋਈ ਘੋਖ ਪੜਤਾਲ ਕੀਤੀ, ਨਾ ਕੁਛ ਸੋਚਿਆ, ਨਾ ਕੋਈ ਵੀ ਮੈਂ ਸਹੀ ਭੌਂਕ ਰਿਹਾ ਜਾਂ ਗਲਤ ਭੌਂਕ ਰਿਹਾ, ਮੇਰੀ ਕੋਈ ਨਾ ਕੋਈ ਇਨਕੁਆਇਰੀ ਤੁਸੀਂ ਕੀਤੀ, ਨਾ ਤੁਸੀਂ ਕੋਈ ਜੋ ਗੱਲਾਂ ਮੈਂ ਕਹਿ ਰਿਹਾ ਉਹਦਾ ਉਹਨਾਂ ਬਾਰੇ ਪੜ੍ਹਿਆ, ਨਾ ਉਹਨਾਂ ਬਾਰੇ ਜਾਣਿਆ, ਚੱਕਿਆ ਕਮੈਂਟ ਕਰਤਾ, ਠਾ ਚੱਲ ਬਈ ਇਹ ਕੰਮ ਨੂੰ ਛੱਡੋ। ਸਾਡੇ ਖਾਸ ਕਰਕੇ ਸਿੱਖਾਂ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਗੜਬੜੀ ਸੋਸ਼ਲ ਮੀਡੀਆ ਨੇ ਕੀਤੀ ਹੋਈ ਆ, ਕਮੈਂਟਾਂ ਨੇ, ਸੋਸ਼ਲ ਮੀਡੀਆ ਵਿਗਾੜ ਪਾਉਂਦਾ ਜਿੰਨਾ ਪਾਉਂਦਾ, ਕਿਉਂਕਿ ਤੁਸੀਂ ਸੋਚਦੇ ਹੀ ਕੁਛ ਨਹੀਂ, ਦੇਖਦੇ ਹੀ ਕੁਛ ਨਹੀਂ, ਕੋਈ ਪੋਸਟ ਆਈ ਚੱਕ ਠਾ 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 ਕਮੈਂਟ, ਉਹ ਪੋਸਟ ਤੇ ਪਹਿਲਾਂ ਸੋਚ ਤਾਂ ਲਓ, ਪੋਸਟ ਨੂੰ ਪੜ੍ਹੋ, ਉਹਦੇ ਤੇ ਡਿਸਕਸ ਕਰੋ, ਉਹ ਸੋਚੋ ਕਿੱਥੋਂ ਪੋਸਟ ਪਈ, ਕਿਉਂ ਪਈ, ਕਿਵੇਂ ਪਈ, ਕੀ ਇਹਦਾ ਮਤਲਬ ਆ, ਉਹਦੀ ਸਟੋਰੀ ਜਾਣੋ ਪਹਿਲਾਂ, ਫਿਰ ਉਹ ਤੇ ਕੋਈ ਕਮੈਂਟ ਕਰੋ, ਜੈਸ ਜਾਣੋ।
ਅੱਧਾ ਕੁਆੜਾ ਤਾਂ ਸਾਡਾ ਸੋਸ਼ਲ ਮੀਡੀਆ ਤੇ ਪਾਇਆ ਹੋਇਆ। ਭਗਵੰਤ ਮਾਨ ਸਾਹਿਬ ਕੁਝ ਸੋਚੋ, ਪੰਜਾਬੀ ਬਣੋ। ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਪੰਜਾਬੀ ਬਣੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਸਿੱਖ ਬਣੋ। ਜੇ ਮੈਂ ਸਿੱਖ ਕਹੂੰਗਾ ਤਾਂ ਬਹੁਤ ਕੁਝ ਉੱਠ ਖੜੂਗਾ, ਇੱਥੇ ਧਰਮ ਦੇ ਮਸਲੇ ਆ ਜਾਣਗੇ ਵਿੱਚ। ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ, ਇਕੱਲੇ ਪੰਜਾਬੀ ਹੋਈ ਬਣ ਜਾਓ। ਕੱਲ ਤੁਹਾਡੇ ਮੂੰਹ ਤੇ ਉਹਨਾਂ ਨੇ, ਮੈਂ ਸਿੱਧਾ ਸਾਫ਼ ਗੱਲ ਕਹਿੰਦਾ, ਤੁਹਾਡੇ ਮੂੰਹ ਤੇ ਇਹੋ ਜਿਹੀ ਚਪੇੜ ਮਾਰੀ ਹੈ ਨਾ ਤੇਰੇ ਕੇਸਰੀਵਾਲ ਨੇ, ਤੇ ਜੇ ਤੂੰ ਮਾਨ ਸਾਹਿਬ ਹੁਣ ਵੀ ਨਾ ਸੋਚਿਆ, ਸਾਡੇ ਪੱਲੇ ਫਿਰ ਕੱਖ ਨਹੀਂ ਹੈ। ਇੱਕ ਪੰਜਾਬ ਦਾ ਮੁੱਖ ਮੰਤਰੀ, ਉਹ ਕੌਣ ਹੁੰਦਾ ਯਾਰ? ਦਿੱਲੀ ਦਾ ਮੁੱਖ ਮੰਤਰੀ ਹੋਵੇ ਚਾਹੇ ਸਾਲਾ ਕੋਈ ਪ੍ਰਧਾਨ ਮੰਤਰੀ ਹੋਵੇ, ਕੌਣ ਹੁੰਦਾ ਪੰਜਾਬ ਦੇ ਅਫਸਰਾਂ ਦੀ ਮੀਟਿੰਗ ਸੱਦਣ ਵਾਲਾ? ਔਰ ਉਹੇ ਜੇ ਲੱਖ ਦੀ ਲਾਹਣਤ ਅਫਸਰਾਂ ਦੇ ਜਿਹੜੇ ਗਏ ਨੇ, ਉਹਦੇ ਗਏ ਉਹਨੂੰ ਸਿੱਧਾ ਜਵਾਬ ਦਿੰਦੇ ਵੀ ਤੂੰ ਕੌਣ ਆ ਓਏ, ਸਾਡਾ ਮੁੱਖ ਮੰਤਰੀ ਬੁਲਾਏਗਾ ਤੇ ਅਸੀਂ ਜਾਵਾਂਗੇ ਉਹਦੇ ਨਾਲ ਮੀਟਿੰਗ ਕਰਾਂਗੇ। ਪਰ ਉਹ ਕਹਿੰਦੇ ਹੁੰਦੇ ਆ ਰਾਣੀ ਕਹੇ ਕੌਣ ਅੱਗਾ ਢੱਕ, ਪਤਾ ਨਹੀਂ ਇਹੋ ਜਿਹੀ ਕੋਈ ਬੁੜੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ, ਤੇ ਉਹ ਗੱਲ ਸਾਡੇ ਨਾਲ ਹੋਈ ਵੀ ਆ, ਕਿਉਂਕਿ ਅਫਸਰ ਤਾਂ ਕੋਈ ਸਾਡਾ ਹੈ ਹੀ ਨਹੀਂ, ਅਫਸਰ ਤਾਂ ਸਾਰੇ ਬਾਹਰਲੇ ਨੇ, ਕੋਈ ਯੂਪੀ ਦਾ, ਕੋਈ ਬਿਹਾਰ ਦਾ, ਕੋਈ ਹਰਿਆਣੇ ਦਾ, ਕੋਈ ਹਿਮਾਚਲ ਦਾ। ਉਹਨਾਂ ਨੇ ਤਾਂ ਕੇਜਰੀਵਾਲ ਦੇ ਕਹੇ ਤੋਂ ਭੱਜ ਕੇ ਜਾਣਾ, ਕਿਉਂਕਿ ਤਾਂ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ। ਬਹੁਤ ਗੱਲਾਂ ਨੇ ਕਰਨ ਵਾਲੀਆਂ ਵੀਰੇ, ਮੈਂ ਹੁਣ ਕੰਮ ਤੇ ਜਾਣਾ, ਤੇ ਨਹੀਂ ਤਾਂ ਮੈਂ ਇਹ ਵੀਡੀਓ ਘੰਟਾ ਅੱਜ ਭਰਿਆ ਬੈਠਾ ਸੀ ਮੈਂ। ਤੇ ਹੁਣ ਤੂੰ ਤੀਸਰੀ ਗੱਲ ਇੱਕ ਹੋਰ ਆ, ਕੋਈ ਗੱਲ ਸੁਣਦੇ ਹੁੰਦੇ ਸੀ ਕਿਸੇ ਬੰਦੇ ਨੇ ਕੋਈ ਗੱਲ ਸੁਣਾਈ ਸੀ। ਕੱਲ ਇੱਕ ਮੈਂ ਪੋਸਟ ਦੇਖੀ, ਉਹ ਪੋਸਟ ਤੇ ਲਿਖਿਆ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਕਿਸੇ ਸਿੰਘ ਨੇ, ਕੋਈ ਤਲਵਿੰਦਰ ਸਿੰਘ ਆ ਮੇਰਾ ਖਿਆਲ ਆ, ਉਹਨੇ ਲਿਖਿਆ ਕਿ ਪੰਜਾਬ ਦੇ ਵਿੱਚ ਜਿਹੜੀ ਚੀਜ਼ ਦੀ ਘਾਟ ਆ ਸਾਨੂੰ ਦੱਸਿਆ ਜਾਵੇ, ਅਸੀਂ ਉਹ ਪੂਰੀ ਕਰਾਂਗੇ। ਅਸੀਂ ਜਿਹੜੀ ਚੀਜ਼ ਜ਼ਿਆਦਾ ਪੰਜਾਬ 'ਚ ਜਿਹੜੀ ਚੀਜ਼ ਦੀ ਜ਼ਿਆਦਾ ਪ੍ਰੋਬਲਮ ਆ ਉੱਥੋਂ ਅਸੀਂ ਸ਼ੁਰੂ ਕਰਾਂਗੇ। ਜ਼ਿਆਦਾ ਪ੍ਰੋਬਲਮ ਬਾਈ ਜੀ ਮੈਂ ਤੁਹਾਨੂੰ ਦੱਸ ਦਿੰਦਾ, ਜ਼ਿਆਦਾ ਪ੍ਰੋਬਲਮ ਇਹ ਆ, ਜ਼ਿਆਦਾ ਪ੍ਰੋਬਲਮ ਜਾਗਦੀਆਂ ਜ਼ਮੀਰਾਂ ਦੀ ਆ ਪੰਜਾਬ 'ਚ, ਹੋਰ ਕਿਸੇ ਚੀਜ਼ ਦੀ ਘਾਟ ਨਹੀਂ ਪੰਜਾਬ 'ਚ, ਜਾਗਦੀਆਂ ਜ਼ਮੀਰਾਂ ਦੀ ਘਾਟ ਆ। ਵਾਰਸ ਪੰਜਾਬ ਦੇ ਜਥੇਬੰਦੀ ਵਾਲਿਓ ਇਹ ਕੰਮ ਕਰੋ, ਨਾ ਇਹਦੇ 'ਤੇ ਕੋਈ ਪੈਸਾ ਲੱਗੇ, ਨਾ ਕੋਈ ਤੁਹਾਨੂੰ ਫੰਡ ਭੇਜਣਾ ਪਵੇ, ਲੋਕਾਂ ਦੀਆਂ ਜ਼ਮੀਰਾਂ ਜਗਾਓ ਜਿਵੇਂ ਦੀਪ ਸਿੱਧੂ ਜਗਾਉਂਦਾ ਸੀ। ਜ਼ਮੀਰਾਂ ਦੀ ਘਾਟ ਆ, 90% ਲੋਕ ਮਰੀਆਂ ਜ਼ਮੀਰਾਂ ਵਾਲੇ ਬੈਠੇ ਨੇ ਪੰਜਾਬ ਦੇ ਵਿੱਚ, ਜ਼ਮੀਰ ਜਾਗਦੀ ਉਹ ਕਿੱਥੇ ਚਲੇ ਗਏ ਯਾਰ? ਅਸੀਂ ਸਾਡੀ ਕੌਮ ਕਿੱਥੇ ਚਲੀ ਗਈ, ਅਸੀਂ ਕੌਣ ਸੀ ਯਾਰ? ਸੋਚੋ ਤਾਂ ਸਹੀ, ਪੜ੍ਹੇ ਲਿਖੇ ਹੋ ਤੁਸੀਂ ਸਾਰੇ, ਸੋਚੋ ਤਾਂ ਸਹੀ ਅਸੀਂ ਕੀ ਸੀਗੇ ਯਾਰ ਦੁਨੀਆਂ ਦੇ ਵਿੱਚ? ਦੁਨੀਆਂ ਦੇ ਵਿੱਚ ਅੱਜ ਤੱਕ ਸਾਡੇ ਰਾਜ ਵਰਗਾ ਰਾਜ ਨਹੀਂ ਹੋਇਆ। ਅਸੀਂ ਗੋਰਿਆਂ ਦੇ ਰਾਜ ਕਹੀ ਜਾਂਦੇ ਹਾਂ, ਅਸੀਂ ਇਹਨਾਂ ਦੀਆਂ ਨੌਕਰੀਆਂ ਵੀ ਕਰਦੇ ਹਾਂ, ਲੇਕਿਨ ਕਿਸੇ ਗੋਰੇ ਕੋਲੋਂ, ਕਿਸੇ ਇੰਗਲੈਂਡ ਅਮਰੀਕਾ, ਅਸੀਂ ਲਲਕਾਰ ਕੇ ਹੈ ਕਠੋ ਕੇ ਗੱਲ ਕਹਿ ਸਕਦੇ ਹਾਂ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅੱਜ ਤੱਕ ਦੁਨੀਆਂ ਤੇ ਰਾਜ ਉਹੋ ਜਿਹਾ ਹੋਇਆ ਹੀ ਨਹੀਂ। ਗੋਰੇ ਵੀ ਮੰਨਦੇ ਆ ਉਹ ਚੀਜ਼ ਨੂੰ, ਗੋਰੇ ਪਾਰਕਾਂ ਬਣਾ ਰਹੇ ਨੇ, ਇੱਥੇ ਇੱਕ ਬਹੁਤ ਵੱਡੀ ਪਾਰਕ ਬਣੀ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਬਣਾਈ ਆ ਉਹਨਾਂ ਨੇ, ਫਰਾਂਸ ਦਾ ਇੱਕ ਸ਼ਹਿਰ ਆ, ਉਹਦੇ ਵਿੱਚ ਸਾਰੇ ਬੁੱਤ ਵੀ ਉਹਨਾਂ ਨੇ ਲਾਏ ਆ ਉਹਨਾਂ ਦੇ। ਤੇ ਆ ਪਿਛਲੇ ਸਾਲ ਇਹਨਾਂ ਨੇ ਸਾਰਾ ਕੱਢਿਆ ਡਾਟਾ ਪੂਰੀ ਦੁਨੀਆਂ ਦਾ, ਸਾਰੇ ਰਾਜਾ ਜਿਹੜੇ ਸਿੱਖ ਜਾਂ ਜਿਹੜੇ ਰਾਜਿਆਂ ਦੇ ਰਾਜ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਡਾਟਾ ਕੱਢਿਆ ਸੀ। ਉਹ ਡਾਟੇ ਦੇ ਵਿੱਚ ਪਹਿਲੇ ਨੰਬਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਰਿਹਾ। ਤੇ ਜਰਨੈਲਾਂ ਦੇ ਵਿੱਚੋਂ, ਦੁਨੀਆਂ ਦੇ ਜਰਨੈਲਾਂ ਦੇ ਵਿੱਚੋਂ
ਜਦੋਂ ਰਾਜਿਆਂ ਦੇ ਰਾਜ ਸੀ, ਰਾਜਿਆਂ ਦੇ ਰਾਜ ਦੇ ਦੁਨੀਆਂ ਦੇ ਜਰਨੈਲਾਂ ਦੇ ਵਿੱਚੋਂ ਸਭ ਤੋਂ ਉੱਪਰ ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਖੜੀਆ, ਜੱਸਾ ਸਿੰਘ ਆਲੂਵਾਲੀਆ, ਉਹਨਾਂ ਦੇ ਨਾਮ ਆ ਰਹੇ ਨੇ, ਉਹਨਾਂ ਦੇ ਵਾਰਸਾਂ ਅਸੀਂ ਕਿੱਥੇ ਪਹੁੰਚ ਗਏ, ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਅਸੀਂ ਸੋਚੋ, ਇਹ ਗੱਲਾਂ ਸੋਚਣ ਵਾਲੀਆਂ, ਜਿਹੜੀ ਚੀਜ਼ ਸੋਚਣ ਵਾਲੀ ਆ ਉਹ ਤੁਸੀਂ ਸੋਚ ਦੂਜੇ ਪਾਸੇ ਨੂੰ ਚੱਲ ਪੈਂਦੇ ਹੋ। ਹੁਣ ਮੈਂ ਤੁਹਾਡੇ ਨਾਲ ਲਾਸਟ ਗੱਲ ਕਰਦਾ, ਸੋਰੀ ਵੀਰੋ, ਮੈਂ ਕੰਮ ਤੇ ਜਾਣਾ, ਮੈਂ ਭਰਿਆ ਬੈਠਾ ਸੀ, ਮੇਰਾ ਕੰਮ ਤੇ ਵੀ ਨਹੀਂ ਸੀ ਦਿਲ ਲੱਗਣਾ, ਇਸ ਕਰਕੇ ਮੈਂ ਸੋਚਿਆ ਥੋੜਾ ਜਿਹਾ ਹੌਲਾ ਹੋ ਜਾ। ਤੇ ਹੁਣ ਇੱਕ ਕਹਾਣੀ ਜੀ ਕੋਈ ਸੁਣਾਉਂਦਾ ਹੁੰਦਾ ਸੀਗਾ ਸਾਨੂੰ ਛੋਟੇ ਹੁੰਦਿਆਂ ਨੂੰ, ਕਿ ਜਿਹੜਾ ਗੋਰਾ ਹੈ ਉਹ 6 ਸਾਲ ਗਾਂਹ ਦੀ ਸੋਚਦਾ, ਜਿਹੜਾ ਬਾਣੀ ਹੈ ਉਹ 6 ਮਹੀਨੇ ਗਾਂਹ ਦੀ ਸੋਚਦਾ, ਜਿਹੜਾ ਜੱਟ ਹੈ ਉਹ 6 ਮਹੀਨੇ ਲੰਘਿਆਂ ਤੋਂ ਸੋਚਦਾ। ਜਦੋਂ 6 ਮਹੀਨੇ ਲੰਘ ਜਾਣ ਨਾ ਉਦੋਂ ਸੋਚਦਾ ਵੀ ਉਦੋਂ ਯਾਰ ਜੇ 6 ਮਹੀਨੇ ਪਹਿਲਾਂ ਆਹ ਕਰ ਲੈਂਦੇ ਤਾਂ ਇਹ ਹੋ ਜਾਣਾ ਸੀ। ਹੈਂ, ਇਹ ਅਸਲੀਅਤ ਹੈ, ਇਹ ਕੋਈ ਕਹਾਵਤ ਨਹੀਂ ਹੈਗੀ, ਇਹ ਸੱਚਾਈ ਆ। ਤੁਸੀਂ ਉੱਥੇ 700 ਬੰਦਾ ਮਰਵਾ ਲਿਆ, ਅਰਬਾਂ ਰੁਪਈਆ ਲੱਗਿਆ ਉੱਥੇ, ਅਰਬਾਂ 10-10, 20-20 ਹਜ਼ਾਰ ਤਾਂ ਹਰੇਕ ਦੇ ਤੁਹਾਡੇ ਵੀ ਜੇਬ ਚੋਂ ਗਿਆ ਹੋਊਗਾ, ਪਰ ਅਰਬਾਂ ਰੁਪਈਆ ਲੱਗਿਆ। ਅਸੀਂ 16-16 ਘੰਟੇ ਡਿਊਟੀਆਂ ਕੀਤੀਆਂ ਨੇ ਇੱਥੇ, ਅਸੀਂ ਆਪਣੇ ਖਾਣ ਦੇ ਪੈਸੇ ਛੱਡ ਕੇ ਸਾਰੇ ਭੇਜਦੇ ਸੀ ਉੱਥੇ, ਸਾਡੇ ਕੋਲ ਪ੍ਰੂਫ ਪਏ ਨੇ, ਸਾਡੇ ਕੋਲ ਰਸੀਦਾਂ ਪਈਆਂ ਨੇ, ਉਹ ਵੈਸਟਰਨ ਯੂਨੀਅਨ ਦੀਆਂ ਸਾਰੀਆਂ ਸੰਭਾਲੀਆਂ ਪਈਆਂ, ਫਾਈਲ ਬਣੀ ਪਈ ਆ ਮੇਰੇ ਕੋਲ, ਸਮਝੇ। ਅਸੀਂ ਵੀ ਬਰਬਾਦ ਹੋਏ, ਅਸੀਂ ਵੀ ਆਪਣੀ ਆਪਣੇ ਆਪ ਨੂੰ ਖਤਮ ਕੀਤਾ। ਖਤਮ ਕਰਨ ਵਾਲੀ ਗੱਲ ਹੀ ਆ ਨਾ, 16-16 ਘੰਟੇ ਡਿਊਟੀ ਕਰਨੀ, ਫਿਰ 2 ਘੰਟੇ ਉੱਦਾਂ ਲੰਘ ਜਾਂਦੇ, ਆਉਣ ਜਾਣ 18 ਹੋ ਗਏ ਤੇ 2 ਦੇ ਵੀ 3 ਹੀ ਲੰਘ ਜਾਂਦੇ ਨੇ, ਤੇ 4-4 ਘੰਟੇ ਸੁੱਤੇ ਅਸੀਂ 5-5 ਘੰਟੇ 24 ਘੰਟਿਆਂ ਚ। ਹੈਂ, 1 ਲੱਖ ਕਰੋੜ ਦੀ ਲਾਹਣਤ ਨੀ ਫਿਰ ਤੁਹਾਨੂੰ, ਤੁਸੀਂ ਉਹਨਾਂ ਅਡਾਨੀਆਂ ਅਬਾਨੀਆਂ ਦੇ ਮੁੜ ਕੇ ਜਾ ਕੇ ਉੱਥੇ ਵੇਚ ਰਹੇ ਹੋ। ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਅਸੀਂ ਅੱਖੀਂ ਦੇਖੀ, ਜਿਹੜੀ ਸੁਣੀ ਸੁਣਾਈ ਗੱਲ ਨਹੀਂ ਹੈ, ਅੱਖੀਂ ਦੇਖੀ, ਇੱਥੇ ਵੀ ਖਤਮ ਹੋਇਆ, ਇੱਥੇ ਵੀ ਕਿਸਾਨ ਖਤਮ ਹੋਇਆ, ਚਾਹੇ ਉਹ ਅਮਰੀਕਾ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਸਪੇਨ ਹੋਵੇ, ਕੋਈ ਵੀ ਹੋਵੇ, ਇੱਥੇ ਵੀ ਐਗਰੀਕਲਚਰ ਬਹੁਤ ਹੈ, ਇੱਥੇ ਵੀ ਖਤਮ ਹੋਇਆ, ਇੱਥੇ ਵੀ ਕਾਰਪੋਰੇਟਾਂ ਦੇ ਕਬਜ਼ੇ ਹੋਏ ਨੇ, ਲੇਕਿਨ ਇੱਥੇ ਦਾ ਤੇ ਇੰਡੀਆ ਦਾ ਜ਼ਮੀਨ ਅਸਮਾਨ ਤੋਂ ਵੀ ਜ਼ਿਆਦਾ ਫਰਕ ਹੈ। ਇੱਥੇ ਦਾ ਕੰਮ ਇਹ ਆ ਕਿ ਗੌਰਮੈਂਟ ਹਰ ਬੰਦੇ ਨੂੰ ਜਿੰਨੀ ਉਹਦੀ ਪਹੁੰਚ ਆ ਉਨਾ ਕੁਛ ਗੌਰਮੈਂਟ ਇੱਥੇ ਦਿੰਦੀ ਆ, ਚਾਹੇ ਬੰਦਾ ਕੁਛ ਵੀ ਹੋਵੇ। ਅੱਜ ਮੇਰਾ ਕੰਮ ਛੁੱਟ ਜੇ, ਅੱਜ ਮੈਂ ਇੱਥੇ ਲਿਖ ਕੇ ਦੇ ਦਿਆਂ, ਮੈਨੂੰ ਗੌਰਮੈਂਟ ਮੇਰੇ ਜੁੱਤੀ ਤੋਂ ਲੈ ਕੇ ਪੈਰਾਂ ਤੱਕ ਤੇ ਸਾਰਾ ਖਾਣ ਦਾ ਤੇ ਰਹਿਣ ਦਾ ਸਾਰਾ ਕੁਛ ਦਊਗੀ, ਮੈਨੂੰ ਕੋਈ ਪ੍ਰੋਬਲਮ ਹੀ ਹੋਊਗੀ, ਮੈਨੂੰ ਕੋਈ ਖਰਚਾ, ਸਾਰਾ ਕੁਛ। ਲੇਕਿਨ ਇੰਡੀਆ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਚਲੀਆਂ ਗਈਆਂ ਤੇ ਤੁਸੀਂ ਭੁੱਖੇ ਮਰੋਗੇ, ਇਹੋ ਜਿਹੀ ਤੁਹਾਡੀ ਹਾਲਤ ਹੋਊਗੀ। ਤੇ ਵੈਸੇ ਤਾਂ ਮੈਂ ਚਾਹੁੰਦਾ ਕਿ ਤੁਸੀਂ ਇਹੋ ਜਿਹੀਆਂ ਗਲਤੀਆਂ ਕਰੋ, ਦਿਲੋਂ ਤਾਂ ਮੈਂ ਇਹੀ ਚਾਹੁੰਦਾ, ਪਰ ਮੈਂ ਤਾਂ ਤੁਹਾਨੂੰ ਮਤ ਦੇ ਰਿਹਾ ਵੀ ਇਹ ਕੰਮ ਨਾ ਕਰੋ, ਪਰ ਦਿਲੋਂ ਮੈਂ ਇਹ ਚਾਹੁੰਦਾ ਕਿ ਤੁਸੀਂ ਅਡਾਨੀਆਂ ਅਬਾਨੀਆਂ ਦੇ ਕਣਕ ਵੇਚੋ। ਉਹਦਾ ਕਾਰਨ ਪਤਾ ਕੀ? ਉਹਦਾ ਕਾਰਨ ਇਹ ਹੈ ਕਿ ਜਦੋਂ ਤੁਹਾਡੀਆਂ ਜ਼ਮੀਨਾਂ ਜਾਣਗੀਆਂ ਨਾ, ਫਿਰ ਸਾਡਾ ਖੂਨ, ਸਾਡਾ ਇਤਿਹਾਸ ਤਾਂ ਇਹੋ ਜਿਹਾ ਹੀ ਨਾ, ਫਿਰ ਅਸੀਂ ਡੰਗ ਤਾਂ ਚੱਕਾਂਗੇ ਨਾ, ਉਦੋਂ ਬਗੈਰ ਤੁਸੀਂ ਜਾਗਣਾ ਨਹੀਂ। ਜਦੋਂ ਤੁਹਾਡੀਆਂ ਜਾਣ ਲੱਗੀਆਂ ਜ਼ਮੀਨਾਂ, ਉਦੋਂ ਫਿਰ ਤੁਸੀਂ ਡਾਂਗ ਚੱਕੋਗੇ, ਜਦੋਂ ਤੁਸੀਂ ਡਾਂਗ ਚੱਕੋਗੇ ਫਿਰ ਸਾਡਾ ਸਿੱਖ ਰਾਜ ਵੀ ਵਾਪਸ ਆਏਗਾ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਗਲਤੀਆਂ ਕਰੋ,
ਪਰ ਅਸੀਂ ਫਿਰ ਵੀ ਤੁਹਾਨੂੰ ਨਸੀਹਤ ਦਿੰਦੇ ਹਾਂ ਕਿ ਇੱਕ ਚੀਜ਼ਾਂ ਤੋਂ ਬਾਜ ਆਓ। ਇੱਥੇ ਫਾਰਮ ਬਣੇ ਨੇ ਬਾਹਰਲਿਆਂ ਦੇਸ਼ਾਂ ਦੇ ਵਿੱਚ, ਲੇਕਿਨ ਜਿਹੜੇ ਜਿਹੜੀਆਂ ਲੋਕਾਂ ਤੋਂ ਜ਼ਮੀਨਾਂ ਲਈਆਂ ਗਈਆਂ ਨੇ ਉਹਨਾਂ ਨੂੰ ਗੌਰਮੈਂਟ ਘਰੇ ਬੈਠਿਆਂ ਨੂੰ ਉਹਨਾਂ ਦਾ ਸਾਰਾ ਕੁਝ ਦਿੰਦੀ ਆ। ਇੰਡੀਆ ਦੇ ਵਿੱਚ ਤੁਹਾਨੂੰ ਕੋਈ ਦੇ ਦੂਗਾ? ਤੁਹਾਨੂੰ ਹੈਗਾ ਵਿਸ਼ਵਾਸ ਕਿ ਇੰਡੀਆ ਦੇ ਵਿੱਚ ਇੰਡੀਆ ਦੀ ਗੌਰਮੈਂਟ ਤੁਹਾਨੂੰ ਕੁਝ ਦੇ ਦੇਗੀ? ਜੇ ਤੁਹਾਡੀਆਂ ਜ਼ਮੀਨਾਂ ਚਲੀਆਂ ਗਈਆਂ ਤੇ ਫਿਰ ਫੜ ਕੇ ਜਾਇਆ ਕਰੋ, ਫਿਰ ਆਪਣੇ ਖੇਤ 'ਚ ਫਿਰ ਇੱਕ ਦੂਜੇ ਨਾਲ ਗੱਲ ਕਰਿਆ ਕਰਿਓ। ਇੱਥੇ ਮੇਰੀ ਤੂਤ ਵਾਲੀ ਵੱਟ ਹੁੰਦੀ ਸੀ, ਇੱਥੇ ਸਾਡਾ ਖੂਹ ਲੱਗਿਆ ਹੁੰਦਾ ਸੀ। ਹੈ ਇੱਥੋਂ ਮੈਂ ਇੱਕ ਵਾਰ ਜੌਂਡੀਅਰ ਇੱਥੋਂ ਐਂ ਮੋੜਿਆ ਯਾਰ, ਉਹ ਪਲਟਦਾ ਬਚ ਗਿਆ। ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਉਹਨਾਂ ਦੇ ਅਡਾਨੀਆਂ ਬਾਨੀਆਂ ਦੇ ਫਾਰਮਾਂ ਦੇ ਵਿੱਚ ਜਾ ਕੇ, ਟਿਫਨ ਤੁਹਾਡੇ ਹੱਥ 'ਚ ਹੋਇਆ ਕਰੂਗਾ। ਤੁਸੀਂ 6 ਮਹੀਨੇ ਲੰਘਿਆਂ ਤੋਂ ਸੋਚਦੇ ਹੋ, ਜਦੋਂ ਲੰਘ ਜਾਣ ਤੁਸੀਂ 2 ਦਿਨ ਗਾਂਹ ਦੀ ਵੀ ਨਹੀਂ ਸੋਚਦੇ। ਤੁਸੀਂ ਉਹ ਲੋਕ ਹੋ, ਲੱਖ ਦੀ ਲਾਹਣਤ ਆ ਤੁਹਾਡੇ, ਇੰਨੇ ਬੰਦੇ ਮਰਵਾ ਕੇ, ਇੰਨੀ ਬਰਬਾਦੀ ਕਰਵਾ ਕੇ, ਸਾਰਾ ਕੁਛ ਕਰਵਾ ਕੇ। ਕੱਲ ਤੁਸੀਂ ਦੀਪ ਸਿੱਧੂ ਦੀ ਖਬਰਦਾਰ, ਅਗਰ ਕਿਸੇ ਨੇ ਦੀਪ ਸਿੱਧੂ ਦੇ ਦਾ ਪਾਠ ਕਰਵਾਇਆ ਜਾਂ ਦੀਪ ਸਿੱਧੂ ਦੀ ਕਿਸੇ ਨੇ ਬਰਸੀ ਮਨਾਉਣ ਦੀ ਹੋਰ ਕੋਸ਼ਿਸ਼ ਕੀਤੀ, 76 ਫੇਰਾਂਗੇ ਸੀ। ਹੈਂ ਇੱਕ ਪਾਸੇ ਤੁਸੀਂ ਕਿਉਂ ਨਹੀਂ ਕਹਿੰਦੇ ਹੋ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਵਾਂਗੇ? ਠੋਕ ਕੇ ਦੀਪ ਸਿੱਧੂ ਦੀ ਸੋਚ ਕੀ ਸੀ ਕਿ ਦੀਪ ਸਿੱਧੂ ਤੁਹਾਨੂੰ ਇਹ ਕਹਿੰਦਾ ਸੀ ਕਿ ਅਡਾਨੀਆਂ ਬਾਨੀਆਂ ਦੇ ਕਣਕ ਵੇਚੋ ਜਾ ਕੇ? ਆਹ ਪਹਿਰਾ ਦੇ ਰਹੇ ਹੋ ਤੁਸੀਂ ਦੀਪ ਸਿੱਧੂ ਦੀ ਸੋਚ ਤੇ। ਇਹ ਤਾਂ 4 ਮਹੀਨੇ ਵੀ ਨੀ ਲੱਗੇ ਵਿਚਾਰੇ ਨੂੰ ਗਏ ਨੂੰ। ਤੇ ਫਿਰ ਦੂਸਰੀ ਗੱਲ, ਇਹ ਭਗਵੰਤ ਮਾਨ ਸਾਹਿਬ, ਤੁਸੀਂ ਕਣਕ ਆਉਣ ਤੋਂ ਪਹਿਲਾਂ ਕਿੰਨੀਆਂ ਕੁ ਮੰਡੀਆਂ ਕਲੀਅਰ ਕਰਤੀਆਂ? ਕਿੰਨੀਆਂ ਕੁ ਮੰਡੀਆਂ ਦੇ ਵਿੱਚ ਤੁਸੀਂ ਬਾਰਦਾਨਾ ਭੇਜਤਾ? ਕਿੰਨੀਆਂ ਕੁ ਮੰਡੀਆਂ ਦੇ ਵਿੱਚ ਤੁਸੀਂ ਸਾਫ਼ ਸਫਾਈ ਕਰਮਚਾਰੀ ਭੇਜਤੇ? ਮੰਡੀਆਂ ਦੇ ਵਿੱਚ ਹਜੇ ਵੀ ਪਾਥੀਆਂ ਪਈਆਂ ਲੋਕਾਂ ਦੀਆਂ, ਲੋਕ ਕਰਨ ਵੀ ਕੀ? ਲੋਕਾਂ ਦੇ ਵੱਸ ਦੀ ਗੱਲ ਵੀ ਹੈ ਨੀਗੀ। ਪਰ ਲੋਕੋ, ਤੁਹਾਨੂੰ ਅਪੀਲ ਹੈ, ਤੁਸੀਂ ਅਡਾਨੀਆਂ ਬਾਨੀਆਂ ਦੀ ਜਾਣ ਦੀ ਬਜਾਏ ਤੁਸੀਂ ਗੌਰਮੈਂਟ ਦਾ ਗਲ ਫੜੋ ਕਿ ਸਾਨੂੰ ਮੰਡੀਆਂ ਸਾਡੀਆਂ ਖੋਲੋ ਤੇ ਅਸੀਂ ਆਪਣੀਆਂ ਮੰਡੀਆਂ 'ਚ ਕਣਕ ਸਿੱਟੀਏ, ਚਾਹੇ ਸਾਨੂੰ 10 ਦਿਨ ਮੰਡੀ 'ਚ ਬਹਿਣਾ ਪੈ ਜੇ। ਅਸੀਂ ਵੀ ਬੈਠੇ ਹਾਂ ਮੰਡੀਆਂ 'ਚ, ਮੈਂ ਖੁਦ ਬੈਠੇ ਹਾਂ ਮਹੀਨਾ ਮਹੀਨਾ ਮੰਡੀ ਦੇ ਵਿੱਚ, ਸਮਝੇ? ਇਹਨਾਂ ਚੀਜ਼ਾਂ, ਇਹ ਚੀਜ਼ਾਂ ਨੇ ਗੌਰ ਕਰਨ ਵਾਲੀਆਂ, ਇਹਨਾਂ ਚੀਜ਼ਾਂ 'ਤੇ ਸੋਚ ਵਿਚਾਰ ਕਰੋ। ਤੁਹਾਨੂੰ 100 ਰੁਪਇਆ ਵੱਧ ਦੇ ਦੇਣਗੇ ਉਹ, 200 ਰੁਪਇਆ, 1000 ਰੁਪਇਆ ਵੀ ਵੱਧ ਦੇ ਦੇਣਗੇ, ਉਹਨਾਂ ਦੀ ਟੰਗ ਨਹੀਂ ਟੁੱਟਦੀ, ਕਿਉਂਕਿ ਉਹ ਅਰਬਾਂ ਖਰਬਾਂ ਪਤੀ ਨੇ, ਉਹਨਾਂ ਨੂੰ ਕੱਖ ਵੀ ਨਹੀਂ ਹੈ ਇਹਨਾਂ ਚੀਜ਼ਾਂ ਬਾਰੇ। ਤੇ ਜਦੋਂ 1 ਸਾਲ ਵੇਚੋਗੇ, 2 ਸਾਲ ਵੇਚੋਗੇ, ਤੁਹਾਨੂੰ ਵੱਧ ਰੇਟ ਦੇਣਗੇ, ਜਦੋਂ 3 ਸਾਲ ਆਓਗੇ ਤੁਹਾਨੂੰ ਕਹਿਣਗੇ ਅਸੀਂ 600 ਦੀ ਲੈਣੀ ਆ, ਦੇਣੀਆਂ ਤਾਂ ਦਿਓ, ਨਹੀਂ ਤਾਂ ਆਪਣੇ ਘਰ ਜਾਓ। ਕਿੱਥੇ ਜਾਓਗੇ ਫਿਰ? ਕਿ ਤੁਹਾਡਾ ਬਾਰਡਰ ਖੁੱਲਾ ਕੇ ਪਾਕਿਸਤਾਨ ਜਾ ਕੇ ਵੇਚ ਆਓਗੇ? ਉਹ ਫਿਰ ਤੁਹਾਨੂੰ 600 ਦੀ ਵੀ ਦੇਣੀ ਪਊ। ਐਂ ਕਰਨਗੇ ਇਹ ਤੁਹਾਡੇ ਨਾਲ? ਵੈਸੇ ਇਹ ਗੱਲਾਂ ਬੋਲੀਆਂ ਤਾਂ ਬਹੁਤ ਲੋਕਾਂ ਨੇ, ਹਰ ਨਿਊਜ਼ ਨੇ ਬੋਲੀਆਂ ਨੇ, ਪਰ ਮੇਰਾ ਵੀ ਫਰਜ਼ ਬਣਦਾ, ਮੈਂ ਜੇ ਵੀਡੀਓ ਬਣਾਉਣਾ ਤਾਂ ਮੈਂ ਵੀ ਆਪਣੇ ਵੱਲੋਂ ਤੁਹਾਨੂੰ ਇਹ ਗੱਲਾਂ ਦੱਸਾਂ, ਤੇ ਬਹੁਤ ਬੰਦੇ ਮੇਰੇ ਨਾਲ ਵੀ ਜੁੜੇ ਹੋਏ ਨੇ। ਇਸ ਕਰਕੇ ਭਰਾਵੋ, ਸੋਚੋ ਗਾਂਹ ਦੀ, ਸੋਚੋ ਗਾਂਹ ਕੀ ਹੋ ਰਿਹਾ। ਤੇ ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ ਬੇਨਤੀ ਆ, ਭਾਈ ਪੰਜਾਬੀ ਬਣੋ, ਛੱਡੋ ਗੁਲਾਮੀ। ਇਹ ਗੱਲ ਭੁੱਲ ਜਾਓਗੇ, ਤੁਹਾਡੇ ਤੋਂ ਕੋਈ ਸੀਐਮ ਦੀ ਕੁਰਸੀ ਖੋਲੇਗਾ? ਕੋਈ ਕਿਸੇ ਦੀ ਸਾਲੇ ਦੀ ਤਾਕਤ ਨਹੀਂ ਹੈ ਖੋਲੇਗਾ, ਸਾਰੀ ਪੰਜਾਬ ਦੀ ਪਬਲਿਕ ਤੁਹਾਡੇ ਨਾਲ ਆ ਕੇ ਖੜ ਜੇਗੀ, ਜਿਸ ਦਿਨ ਤੁਸੀਂ ਕਹਿ ਦਿਓਗੇ ਅੱਜ ਮੈਂ ਪੰਜਾਬੀ ਬਣ ਗਿਆ। ਹੈਂ ਤੁਸੀਂ ਤਾਂ ਪੁਰੋਹਿਤ ਦੀਆਂ ਮੀਟਿੰਗਾਂ ਕਰਾ ਰਹੇ ਹੋ, ਉਹ ਪੁਰੋਹਿਤ ਹੈ ਕੌਣ? ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਜਿਹੜੇ ਲੋਕ ਜਿਨ੍ਹਾਂ ਨੂੰ ਸਿਆਸਤ ਬਾਰੇ ਕੁਛ ਵੀ ਨਹੀਂ ਪਤਾ, ਜਿਹੜੇ ਅਸੀਂ ਪੁਰੋਹਿਤ ਦੀ ਜਨਮ ਕੁੰਡਲੀ ਜਾਣਦੇ ਹਾਂ, ਭਗਵੰਤ ਮਾਨ ਸਾਹਿਬ ਤੁਸੀਂ ਨਾ ਜਾਣਦੇ ਹੋਵੋ, ਇਹ ਤਾਂ ਹੋ ਨਹੀਂ ਸਕਦਾ।
ਪਰ ਮੈਨੂੰ ਨਹੀਂ ਪਤਾ ਵੀ ਤੁਸੀਂ ਇਹ ਜਾਣ ਬੁੱਝ ਕੇ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਹੋ ਜਾਂ ਕੀ ਤੁਹਾਡੀ ਮਜਬੂਰੀ ਹੈ, ਕੀ ਪ੍ਰੋਬਲਮ ਹੈ, ਸਾਨੂੰ ਕੁਛ ਨਹੀਂ ਪਤਾ। ਪਰ ਇਹ ਹੋ ਬਹੁਤ ਭੈੜਾ ਰਿਹਾ। ਔਰ ਉਹ ਗੈਂਗਸਟਰਾਂ ਦਾ ਇੱਕ ਤੁਸੀਂ ਉਹ ਬਣਾਤੀ ਤੇ ਉਹ ਕਾਹਦੇ, ਉਹ ਜਿਹੜੇ ਬੰਦੇ ਅਫਸਰ ਲਾਏ ਨੇ ਉਹ ਮੈਂ ਪਹਿਲਾਂ ਵੀਡੀਓ 'ਚ ਬੋਲਤਾ ਸੀ, ਉਹ ਤੁਹਾਨੂੰ ਸਾਰਾ ਕੁਛ ਪਤਾ। ਯਾਰ ਕਿੱਧਰ ਨੂੰ ਜਾ ਰਹੀ ਹੈ ਸਾਡੀ ਕੌਮ? ਮੈਨੂੰ ਤਾਂ ਫਿਕਰ ਆਉਂਦਾ, ਕੱਲ ਮੈਂ ਬਹੁਤ ਇਮੋਸ਼ਨਲ ਹੋ ਗਿਆ ਸੀ, ਮੈਂ ਰੋਇਆ ਅੱਧਾ ਘੰਟਾ ਬਹਿ ਕੇ। ਯਾਰ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ? ਇਹ ਗੱਲਾਂ ਦਾ ਪੰਜਾਬੀ ਹੋ, ਤੁਸੀਂ ਪੰਜਾਬ 'ਚ ਬੈਠੇ ਹੋ, ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਜਦੋਂ ਤੁਸੀਂ ਪੰਜਾਬ ਤੋਂ ਬਾਹਰ ਨਿਕਲਦੇ ਹੋ ਜਿਵੇਂ ਅਸੀਂ ਬਾਹਰ ਹਾਂ ਨਾ, ਸਾਨੂੰ ਪਤਾ ਹੈ ਕਿ ਕੀ ਹੋ ਰਿਹਾ, ਕੀ ਕਰ ਰਿਹਾ ਸਾਡੇ ਨਾਲ ਸੈਂਟਰ। ਤੁਸੀਂ ਚੱਲ ਹੋਊ ਕਹਿ ਕੇ ਛੱਡ ਦਿੰਦੇ ਹੋ, ਲੇਕਿਨ ਸਾਨੂੰ ਪਤਾ ਹੈ ਕੀ ਹੋ ਰਿਹਾ ਤੁਹਾਡੇ ਨਾਲ, ਔਰ ਗਾਂ ਤੁਹਾਡੇ ਨਾਲ ਕੀ ਹੋਣਾ। ਤੁਹਾਨੂੰ ਮੈਂ ਅਗਲੇ 5 ਸਾਲ ਦੀ ਜਨਮ ਕੁੰਡਲੀ ਤੁਹਾਡੀ ਦੱਸ ਦੇਣਾ ਲੈ ਵੀ ਕੀ ਹੋਣੀ ਆ ਤੁਹਾਡੇ ਨਾਲ ਜੇ ਤੁਸੀਂ ਕਹੋ। ਜੇ ਉਹ ਨਾ ਗੱਲਾਂ ਹੋਣ, ਨਾ ਮੈਂ ਕੋਈ ਜੋਤਸ਼ੀ ਆ, ਨਾ ਮੈਂ ਕੋਈ ਬਾਬਾ ਤੇ ਨਾ ਮੈਂ ਕੋਈ ਤਾਂਤਰਿਕ ਆ, ਜੇ ਨਾ ਉਹ ਗੱਲਾਂ ਹੋਣ ਤਾਂ ਮੇਰੇ ਮੂੰਹ ਤੇ ਥੁੱਕ ਦਿਓ, ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਨਾਲ ਮੂਹਰੇ 5 ਸਾਲ ਕੀ ਕੀ ਹੋਣ ਵਾਲਾ। ਪਰ ਤੁਸੀਂ ਨੀ ਇਹ ਗੱਲਾਂ ਨੂੰ ਸੋਚਦੇ, ਤੁਸੀਂ ਤਾਂ ਕੱਲ ਦੀ ਨੀ ਸੋਚਦੇ ਯਾਰ, ਤੁਸੀਂ ਅੱਜ ਦੀ ਵੀ ਨੀ ਸੋਚਦੇ, ਹੁਣ ਦੀ ਸੋਚਦੇ ਹੋ ਵੀ ਹੁਣ ਕੀ ਆ। ਗਾਹ ਘੰਟੇ ਦੀ ਨੀ ਤੁਸੀਂ ਸੋਚਦੇ ਵੀ ਕੀ ਹੋਣਾ ਘੰਟੇ ਨੂੰ। ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰੋ, ਸੋਚੋ ਤੁਹਾਡੇ ਨਾਲ ਹੋ ਕੀ ਰਿਹਾ, ਤੁਹਾਡੀ ਸਿਆਸਤ ਦੇ ਵਿੱਚ ਕੀ ਹੋ ਰਿਹਾ। ਤੁਹਾਡੇ ਸਾਰਾ ਤੁਹਾਡਾ ਅੱਧਾ ਪੰਜਾਬ ਕੰਟਰੋਲ ਕਰਤਾ ਇਹਨਾਂ ਨੇ, ਇਸ ਆਰਮੀ ਨੂੰ, ਡਾਇਰੈਕਟ ਆਰਮੀ ਨੂੰ ਜਿਹੜੀ ਪ੍ਰੋਹਤ ਦੀ ਉੱਤੇ ਫਾਜ਼ਿਲਕਾ ਦੇ ਵਿੱਚ ਮੀਟਿੰਗ ਹੋਈ ਆ, ਉਹ ਬਹੁਤ ਵੱਡੀ ਗੱਲ ਆ, ਉਹ ਛੋਟੀ ਜਿਹੀ ਗੱਲ ਨਹੀਂ ਹੈ। ਕਿਸੇ ਨੇ ਕੋਈ ਕੇਅਰ ਨਹੀਂ ਕੀਤਾ, ਕੋਈ ਪੰਜਾਬ ਦਾ ਮੀਡੀਆ ਨਹੀਂ ਬੋਲ ਰਿਹਾ, ਸਾਰਿਆਂ ਨੇ ਤਾਂ ਮੂੰਹ ਸੀਤੇ ਹੋਏ ਨੇ, ਸਭ ਨੂੰ ਲੋਕ ਲੱਗੇ ਹੋਏ ਨੇ, ਚਾਹੇ ਉਹ ਆਉਣੇਰਾ ਹੋਵੇ, ਚਾਹੇ ਉਹ ਕੋਈ ਪ੍ਰੋ ਪੰਜਾਬ ਹੋਵੇ, ਚਾਹੇ ਉਹ ਕੋਈ ਪੰਜਾਬੀ ਲੋਕ ਚੈਨਲ ਹੋਵੇ, ਚਾਹੇ ਕੋਈ ਸਾਡੇ ਅਸੀਂ ਸਿੱਖਾਂ ਦਾ ਮਾਣ ਕਰਦੇ ਹਾਂ ਅਕਾਲ ਚੈਨਲ ਹੋਵੇ ਜਾਂ ਸਾਡਾ ਕੋਈ ਸਿੱਖ ਚੈਨਲ ਹੋਵੇ, ਕਿਸੇ ਨੇ ਉਹ ਗੱਲ ਕੋਈ, ਸਾਰੇ ਚੁੱਪ ਨੇ, ਕੋਈ ਨਹੀਂ ਬੋਲ ਰਿਹਾ ਹੋ ਕੀ ਰਿਹਾ। ਅੱਧਾ ਪੰਜਾਬ ਪ੍ਰੋਹਤ ਨੇ ਆਪਣੇ ਹੱਥ, ਉਹ 3 ਮਹੀਨੇ ਬਾਅਦ ਮੀਟਿੰਗ ਕਰਿਆ ਕਰੇਗਾ ਉਹ ਆਰਮੀ ਨਾਲ, ਕੌਣ ਹੁੰਦਾ ਉਹ ਮੀਟਿੰਗ ਕਰਨ ਵਾਲਾ? ਭਗਵੰਤ ਮਾਨ ਕਰੇ ਮੀਟਿੰਗ? ਇੱਕ RSS ਦਾ ਬੰਦਾ ਆ ਕੇ ਸਾਡੀ ਆਰਮੀ ਨਾਲ ਮੀਟਿੰਗ ਕਰਦਾ ਸਾਡੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ, ਕੀ ਤੁਸੀਂ ਸੋਚਦੇ ਹੋ ਵੀ ਇਹ ਛੋਟੀ ਜਿਹੀ ਗੱਲ ਹੈ?